ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਇਹ ਗ੍ਰੰਥ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਨੇ ਲਿਖਿਆ ਹੈ, ਜੋ ਸ਼ਹੀਦ ਭਾਈ ਮਹਤਾਬ ਸਿੰਘ ਜੀ ਦੇ ਪੋਤਰੇ ਸਨ। ਭਾਈ ਮਹਤਾਬ ਸਿੰਘ ਜੀ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੁਸ਼ਟ ਮਸੇ ਨੂੰ ਉਹਦੀ ਕਰਨੀ ਦਾ ਫਲ ਭੁਗਤਾਇਆ, ਬੀਕਾਨੇਰ ਤੋਂ ਆ ਕੇ ਭਾਈ ਸੁਖਾ ਸਿੰਘ ਜੀ ਔਰ ਮਹਤਾਬ ਸਿੰਘ ਜੀ ਇਹਨਾਂ ਨੇ ਆ ਕੇ ਮੱਸੇ ਨੂੰ ਸੋਧਾ ਲਾਇਆ। ਮੱਸੇ ਦਾ ਸਿਰ ਭਾਈ ਮਹਤਾਬ ਸਿੰਘ ਜੀ ਨੇ ਲਾਇਆ। ਉਹਨਾਂ ਦੇ ਪੁੱਤਰ ਭਾਈ ਰਾਏ ਸਿੰਘ ਜੀ ਹੋਏ ਮਹਤਾਬ ਸਿੰਘ ਜੀ ਦੇ, ਅਤੇ ਅੱਗੋਂ ਰਾਏ ਸਿੰਘ ਦਾ ਪੁੱਤਰ ਭਾਈ ਰਤਨ ਸਿੰਘ ਹੋਇਆ, ਪੋਤਰਾ ਭਾਈ ਮਹਤਾਬ ਸਿੰਘ। ਅੰਗਰੇਜ਼ਾਂ ਨੇ ਪੁੱਛਿਆ ਸੀ ਕਿ ਸਿੰਘਨ ਪਾਇਓ ਰਾਜ ਕਿਮ ਕਿਨ ਦੀਨੋ ਪਾਤਸ਼ਾਹ, ਸਿੰਘਾਂ ਨੂੰ ਰਾਜ ਕਿੱਥੋਂ ਮਿਲਿਆ, ਕਿਸ ਨੇ ਦਿੱਤਾ। ਅਤੇ ਗੌਰ ਅਲੀ ਬਾਦਸ਼ਾਹ ਹਿੰਦੁਸਤਾਨ ਦਾ ਸ਼ਾਹ ਆਲਮ ਦੂਜਾ, ਉਸਨੇ ਕਹਿ ਦਿੱਤਾ ਕਿ ਸਿੰਘਾਂ ਨੂੰ ਰਾਜ ਅਸੀਂ ਦਿੱਤਾ। ਔਰ ਅੰਗਰੇਜ਼ਾਂ ਨੇ ਇਸ ਗੱਲ ਦੀ ਤਫਤੀਸ਼ ਕੀਤੀ, ਕੈਪਟਨ ਮਰੀ ਦੀ ਡਿਊਟੀ ਲਾਈ। ਕੈਪਟਨ ਮਰੀ ਨੇ ਲੁਧਿਆਣੇ ਵਿੱਚ ਬੂਟੇ ਸ਼ਾਹ ਮੌਲਵੀ ਕੋਲੋਂ ਸਿੱਖਾਂ ਦੀ ਹਿਸਟਰੀ ਲਿਖਵਾਉਣੀ ਸ਼ੁਰੂ ਕੀਤੀ ਹੋਈ ਸੀ ਕਿ ਭਾਈ ਰਤਨ ਸਿੰਘ ਜੀ ਉੱਥੇ ਜਾ ਪਹੁੰਚੇ ਔਰ ਉਹਨਾਂ ਨੇ ਕਿਹਾ ਕਿ ਅਸਲ ਹਿਸਟਰੀ ਮੈਂ ਦੱਸਾਂਗਾ। ਭਾਈ ਸਾਹਿਬ ਜੀ ਨੇ ਜੋ ਇਤਿਹਾਸ ਖਾਲਸੇ ਦਾ ਲਿਖਿਆ ਉਹਦਾ ਨਾਮ ਸ੍ਰੀ ਗੁਰੂ ਪੰਥ ਪ੍ਰਕਾਸ਼ ਹੈ। ਇਹ ਮਹਾਰਾਣੀ ਵਿਕਟੋਰੀਆ ਨੇ ਅੰਗਰੇਜ਼ੀ ਵਿੱਚ ਅਨੁਵਾਦ ਕਰਾ ਕੇ ਆਪਣੇ ਕੋਲ ਰੱਖਿਆ ਹੋਇਆ। ਅਜੇ ਤੱਕ ਵੀ ਇੰਗਲੈਂਡ ਦੀ ਰਾਣੀ ਦੇ ਕਬਜ਼ੇ ਵਿੱਚ ਹੈ, ਕਲਕੱਤੇ ਵੀ ਹੈ, ਹੋਰ ਵੀ ਦੁਨੀਆ ਦੀਆਂ ਵੱਡੀਆਂ ਲਾਇਬ੍ਰੇਰੀਆਂ ਵਿੱਚ ਇਹ ਰਿਪੋਰਟ ਉਦੋਂ ਬਣਾ ਕੇ ਭੇਜੀ ਸੀ। ਫਿਰ ਇਹਦਾ ਭਾਈ ਸਾਹਿਬ ਨੇ ਸਾਡੇ ਵਾਸਤੇ ਗੁਰਮੁਖੀ ਦੇ ਵਿੱਚ ਕਾਵਬੰਦ ਦੋਹਰੇ ਚੌਪਈਆਂ ਦੇ ਵਿੱਚ ਸਵਈਆਂ ਦੇ ਵਿੱਚ ਇਤਿਹਾਸ, ਭਾਈ ਰਤਨ ਸਿੰਘ ਨੇ ਇਹ ਸੋਚਿਆ ਵੀ ਅੰਗਰੇਜ਼ਾਂ ਨੂੰ ਤਾਂ ਮਿਲ ਗਿਆ, ਸਾਡਾ ਪਰਿਵਾਰ ਕਿਵੇਂ ਪੜ੍ਹੇਗਾ, ਸਾਡੇ ਸਿੰਘ ਕਿਵੇਂ ਪੜ੍ਹਨਗੇ। ਗੁਰਮੁਖੀ ਦੇ ਵਿੱਚ ਵੀ ਉਸੇ ਇਤਿਹਾਸ ਨੂੰ ਲਿਖ ਦਿੱਤਾ। ਇਹ ਬਹੁਤ ਵੱਡਾ ਭਾਈ ਰਤਨ ਸਿੰਘ ਜੀ ਉਪਕਾਰ ਕਰ ਗਏ ਹੈ। ਹੁਣ ਕਥਾ ਚੱਲ ਰਹੀ ਹੈ ਛੋਟੇ ਘੱਲੂ ਘਾਰੇ ਦੀ। ਜਦੋਂ ਲਖਪਤ ਰਾਏ ਨੇ ਸਿੰਘਾਂ ਦੇ ਹੱਥੋਂ ਉਹਦਾ ਭਰਾ ਮਾਰਿਆ ਗਿਆ ਸੀ ਜਸਪਤ ਰਾਏ, ਅਤੇ ਉਹਦੇ ਗੁੱਸੇ ਜਾ ਕੇ ਕਸਮ ਪਾਈ ਸੀ ਕਿ ਮੈਂ ਸਿੱਖਾਂ ਦਾ ਨਾਮੋ ਨਿਸ਼ਾਨ ਦੁਨੀਆ ਤੋਂ ਬਿਟਾ ਦਿਆਂਗਾ। ਇੱਕ ਖੱਤਰੀ ਨੇ, ਨਾਨਕ ਨਾਮ ਦੇ ਖੱਤਰੀ ਨੇ ਪੰਥ ਚਲਾਇਆ ਸੀ, ਅਤੇ ਮੈਂ ਵੀ ਖੱਤਰੀ ਹਾਂ, ਮੈਂ ਇਸ ਪੰਥ ਨੂੰ ਖਤਮ ਕਰਾਂਗਾ। ਪੰਜਾਬ ਦੇ ਵਿੱਚ ਕੋਈ ਗੁੜ ਨੂੰ ਗੁੜ ਵੀ ਨਾ ਕਵੇ, ਕਿਉਂਕਿ ਗੁੜ ਕਹਿਣ ਨਾਲ ਵੀ ਮੂੰਹ ਤੋਂ ਗੁਰੂ ਨਿਕਲ ਜਾਂਦਾ ਹੈ। ਗੁਰੂ ਦਾ ਨਾਮ ਕੋਈ ਨਾ ਲਵੇ, ਗੁਰਬਾਣੀ ਕੋਈ ਨਾ ਪੜ੍ਹੇ, ਪੋਥੀਆਂ ਗੁਰਬਾਣੀ ਦੀਆਂ ਸਾੜ ਦਿੱਤੀਆਂ ਗਈਆਂ ਜਾਂ ਖੂਹਾਂ 'ਚ ਸਿੱਟ ਦਿੱਤੀਆਂ ਗਈਆਂ। ਸਿੱਖਾਂ ਦਾ ਬੱਚਾ ਜਿੱਥੇ ਮਿਲਿਆ ਕਤਲ ਕਰ ਦਿੱਤਾ ਗਿਆ। ਸੋਮਵਾਰੀ ਮੱਸਿਆ ਵਾਲੇ ਦਿਨ 7000 ਸਿੱਖਾਂ ਬੇਗੁਨਾਹ ਸਿੱਖਾਂ ਦਾ ਕਤਲ ਕੀਤਾ ਗਿਆ। ਫਿਰ ਸਾਧ ਸੰਗਤ ਜੀ ਬੜੀ ਭਾਰੀ ਫੌਜ ਲੈ ਕੇ ਲਾਓ ਲਸ਼ਕਰ ਇਕੱਠਾ ਕਰਕੇ ਲਖਪਤ ਸਿੰਘਾਂ ਦਾ ਸ਼ਿਕਾਰ ਕਰਨ ਨੂੰ ਚੜ੍ਹਿਆ। ਖਾਲਸਾ ਜੀ ਦੀਆਂ ਸਾਰੀਆਂ ਜਥੇਬੰਦੀਆਂ
ਬੁੱਢਾ ਦਲ, ਤਰਨਾ ਦਲ ਜਿੰਨੇ ਜਥੇ ਸਨ ਉਹ ਥਾਂ ਥਾਂ ਖਿੰਡੇ ਹੋਏ ਸਨ। ਕਿਤੇ 100, ਕਿਤੇ 50, ਕਿਤੇ 200 ਸਿੰਘ ਰਹਿੰਦੇ ਸਨ ਜੰਗਲਾਂ ਵਿੱਚ। ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਔਰ ਉਹਨਾਂ ਤੋਂ ਵੱਡੇ ਨਵਾਬ ਕਪੂਰ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ ਦੇ ਪੜਦਾਦਾ ਸਰਦਾਰ ਨੌਧ ਸਿੰਘ ਜੀ, ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ, ਇਸੇ ਤਰ੍ਹਾਂ ਪੰਥ ਦੇ ਹੋਰ ਨੌ ਨਾਮਵਰ ਆਗੂ ਇਕੱਠੇ ਹੋ ਕੇ ਗੁਰਮਤਾ ਸੋਧਿਆ ਵੀ ਹੁਣ ਕਾਹਨੂੰ ਆਉਣ ਦੇ ਛੰਭ ਵਿੱਚ ਚੱਲਣਾ ਚਾਹੀਦਾ ਹੈ। ਸਿੰਘ ਉੱਧਰ ਰਾਵੀ ਦੇ ਝੱਲਾਂ 'ਚ ਜਾ ਬੈਠੇ ਹਨ। ਪਹਿਲਾਂ ਤਾਂ ਇਹਨਾਂ ਨੇ ਘੇਰਾ ਪਾਇਆ ਝੱਲ ਨੂੰ, ਸਿੰਘ ਅੰਦਰੋਂ ਗੋਲੀਆਂ ਚਲਾ ਦਿੰਦੇ ਸਨ ਅਤੇ ਜਦੋਂ ਇਹ ਅੱਗੇ ਜਾਂਦੇ ਸਨ ਝੱਲ ਵਿੱਚ ਵੜਨ ਤੋਂ ਡਰਦੇ ਸਨ ਸਿੰਘਾਂ ਤੋਂ। ਫਿਰ ਇਹਨਾਂ ਨੇ ਝੱਲ ਵਢਵਾਉਣ ਦੀ ਕੋਸ਼ਿਸ਼ ਕੀਤੀ, ਰਸਤੇ ਬਣਾਉਣ ਵਾਸਤੇ ਪਿੰਡਾਂ ਦੇ ਮੁਲਖਈਏ ਲਾ ਦਿੱਤੇ ਵੀ ਰਾਹ ਬਣਾਓ, ਦਰਖਤਾਂ ਨੂੰ ਵੱਢੋ। ਜਿਹੜੇ ਦਰਖਤ ਵੱਢਣ ਆਏ ਸਿੰਘਾਂ ਨੇ ਗੋਲੀਆਂ ਮਾਰ ਕੇ ਭਜਾ ਦਿੱਤੇ। ਫਿਰ ਇਹਨਾਂ ਨੇ ਅੱਗ ਲਾ ਦਿੱਤੀ। ਜਦੋਂ ਝੱਲ ਨੂੰ ਅੱਗ ਲਾ ਦਿੱਤੀ ਬੜੀ ਮੁਸ਼ਕਲ ਹੋ ਗਈ। ਭੁੱਖੇ ਭਾਣੇ ਸਿੰਘ ਨਾ ਇੱਕ ਪਾਸੇ ਜੰਗਲ ਨੂੰ ਅੱਗ ਲੱਗੀ ਹੋਈ, ਇੱਕ ਪਾਸੇ ਉੱਚਾ ਪਹਾੜ ਅਤੇ ਇੱਕ ਪਾਸੇ ਰਾਵੀ ਦਰਿਆ, ਉੱਥੇ ਇੰਨਾ ਘਮਸਾਣ ਦਾ ਯੁੱਧ ਮਚਿਆ। ਉਹ ਕਵੀ ਭਾਈ ਰਤਨ ਸਿੰਘ ਜੀ ਲਿਖ ਰਹੇ ਨੇ ਕਥਾ, ਰਾਤੀਂ ਆਪਾਂ ਸੁਣੀ ਸੀ ਵੀ 4,000 ਸਿੰਘਾਂ ਦਾ ਦਲ ਪਹਾੜ ਨੂੰ ਚੜ੍ਹ ਗਿਆ ਵੀ ਚਲੋ ਪਹਾੜ ਵਿੱਚ ਪਹਾੜੀਏ ਸਾਡੀ ਕੋਈ ਮਦਦ ਕਰਨਗੇ, ਸਾਡੇ ਭਰਾ ਹਨ। ਪਰ ਹਿੰਦੂ ਪਹਾੜੀਏ ਵੀ ਸਿੰਘਾਂ ਦੇ ਵੈਰੀ ਬਣ ਗਏ। ਉਹ ਕਥਾ ਭਾਈ ਰਤਨ ਸਿੰਘ ਜੀ ਲਿਖਦੇ ਆ, ਉਹ ਸੁਣੋ ਪਿਆਰ ਨਾਲ ਸਾਰੀ ਸੰਗਤ। ਇਹ ਛੋਟਾ ਘੱਲੂਘਾਰ ਆ, ਤੁਸੀਂ ਕਈ ਵਾਰੀ ਸੁਣਿਆ ਹੋਣਾ ਛੋਟਾ ਘੱਲੂਘਾਰ ਆ ਅਤੇ ਵੱਡਾ ਘੱਲੂਘਾਰ ਆ, ਪਰ ਵਾਪਰੇ ਕਿਵੇਂ ਸਨ ਇਹ ਬਹੁਤਿਆਂ ਨੂੰ ਨਹੀਂ ਪਤਾ ਹੁੰਦਾ ਭਾਈ। ਇਤਿਹਾਸ ਕੌਮਾਂ ਦੀ ਜਿੰਦ ਜਾਨ ਹੁੰਦੇ ਨੇ, ਆਪਣਾ ਇਤਿਹਾਸ ਜ਼ਰੂਰ ਪੜ੍ਹਦੇ ਰਹਿਣਾ ਚਾਹੀਦਾ ਹੈ। ਪੰਥ ਪ੍ਰਕਾਸ਼ ਤਾਂ ਹਰ ਇੱਕ ਸਿੱਖ ਨੂੰ ਜ਼ਰੂਰ ਪੜ੍ਹਨਾ ਚਾਹੀਦਾ, ਕਿਉਂਕਿ ਪੰਥ ਪ੍ਰਕਾਸ਼ ਤੋਂ ਹੀ ਸਾਨੂੰ ਪਤਾ ਲੱਗੇਗਾ ਕਿ ਕਲਗੀਧਰ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਅਸੀਂ ਕਿੱਦਾਂ ਕਿੱਦਾਂ ਕਿਹੜੀਆਂ ਕਿਹੜੀਆਂ ਪ੍ਰਸਥਿਤੀਆਂ 'ਚੋਂ ਲੰਘਦੇ ਆਏ ਹਾਂ। ਆਓ ਹੁਣ ਇਹ ਕਥਾ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿੰਘਣ ਸਮਝਿਓ ਨਾਹੀਂ ਯੋ ਦਗੇ ਬਾਜੇ ਆਦ। ਭੋਲੇ ਸਿੰਘਾਂ ਨੇ ਇਹ ਸਮਝਿਆ ਹੀ ਨਹੀਂ ਕਿ ਪਹਾੜੀਏ ਤਾਂ ਦਗੇ ਬਾਜ ਹਨ ਮੁੱਢ ਤੋਂ ਹੀ, ਇਹਨਾਂ ਤਾਂ ਕਲਗੀਧਰ ਪਾਤਸ਼ਾਹ ਨਾਲ ਵੀ ਦਗੇ ਕੀਤੇ ਹਨ। ਬੰਦਈ ਸਿੰਘ ਇਨ ਫੜਦੈ ਰਕੀਨਾ ਸਿੰਘਣ ਯਾਦ। ਸਿੰਘਾਂ ਨੂੰ ਇਹ ਵੀ ਭੁੱਲ ਗਿਆ ਵੀ ਬੰਦੇ ਬਹਾਦਰ ਨਾਲ ਵੀ ਇਹਨਾਂ ਨੇ ਦਗਾ ਕੀਤਾ ਸੀ, ਤੇ ਬੰਦੇ ਦੇ ਸਾਥੀ ਜਿਹੜੇ ਬੰਦਈ ਸਿੰਘ ਸਨ ਉਹ ਵੀ ਇਹਨਾਂ ਨੇ ਹੀ ਫੜ ਕੇ ਤੁਰਕਾਂ ਦੇ ਹਵਾਲੇ ਕੀਤੇ ਸਨ। ਚੌਪਈ ਵੱਲ ਬਸੋਹਲੀ ਸਿੰਘ ਸੋ ਤੁਰੇ। ਸਿੰਘ ਬਸੋਹਲੀ ਵੱਲ ਤੁਰ ਪਏ ਹਨ ਪਹਾੜ ਨੂੰ। ਅੱਗੇ ਬਸੋਹਲੀ ਬਹੁਤ ਪਰਬਤੀ ਜੁੜੇ। ਅੱਗੇ ਬਸੋਹਲੀ ਸ਼ਹਿਰ ਦੇ ਵਿੱਚ ਉਸ ਇਲਾਕੇ ਦੇ ਵਿੱਚ ਪਹਾੜੀਏ ਇਕੱਠੇ ਹੋਏ।
ਪਹਾੜੀਆਂ ਦੀ ਮੀਟਿੰਗ ਹੋਈ, ਬਹੁਤ ਪਹਾੜੀਏ ਇਕੱਠੇ ਹੋਏ ਖੜੇ ਸਨ। ਸਿੰਘ ਸਮਝੀ ਹਮ ਵੱਲ ਕਰੇ, ਸਿੰਘਾਂ ਸੋਚਿਆ ਵੀ ਇਹ ਜਿਹੜੇ ਇਕੱਠੇ ਹੋਏ ਨੇ ਸਾਡੀ ਮਦਦ ਕਰਨ ਲਈ ਇਕੱਠੇ ਹੋਏ ਨੇ। ਕਈ ਸਿੰਘ ਜਾ ਤਿੰਨੋ ਰਲੇ, ਕਈ ਸਿੰਘ ਸਹਿ ਸੁਭਾਅ ਭੋਲੇ ਭਾ ਉਹਨਾਂ ਪਹਾੜੀਆਂ ਦੇ ਵਿੱਚ ਜਾ ਖਲੋਤੇ। ਤਬ ਤਿੰਨ ਤੁਰਤ ਸੌ ਦੀਨੇ ਮਾਰ, ਉਹਨਾਂ ਪਹਾੜੀਆਂ ਨੇ ਫਟਾਫਟ ਉਹ ਸਿੰਘ ਜਿਹੜੇ ਵਿਚਾਰੇ ਥੱਕੇ ਟੁੱਟੇ ਭੁੱਖੇ ਪਿਆਸੇ ਉਹਨਾਂ ਕੋਲ ਆ ਕੇ ਖਲੋਤੇ ਹੀ ਸਨ, ਹਮਲਾ ਕਰਕੇ ਉਹ ਸਿੰਘ ਸਾਰੇ ਮਾਰ ਦਿੱਤੇ। ਕਈ ਪਕੜਾਏ ਤੁਰਕਨ ਵਾਰ, ਕਈਆਂ ਨੂੰ ਗ੍ਰਿਫਤਾਰ ਕਰਕੇ ਤੁਰਕਾਂ ਦੇ ਹਵਾਲੇ ਕਰ ਦਿੱਤਾ। ਤੁਰਤ ਤੁਰਕਨ ਸੌ ਦੀਨੇ ਮਾਰੀ, ਤੁਰਕਾਂ ਨੇ ਵੀ ਉਹਨਾਂ ਨੂੰ ਉੱਥੇ ਹੀ ਥਾਂ ਤੇ ਹੀ ਕਤਲ ਕਰ ਦਿੱਤਾ, ਭਾਵ ਬਹੁਤਾ ਸਮਾਂ ਉਹਨਾਂ ਨੂੰ ਕੈਦ ਵਿੱਚ ਨਹੀਂ ਰੱਖਿਆ, ਨਾਲ ਹੀ ਨਿਬੇੜ ਦਿੱਤੇ ਸਿੱਖ ਸਾਰੇ ਮਾਰ ਦਿੱਤੇ। ਸਿੰਘਨ ਰਾਤ ਬਿਦਨ ਪਈ ਭਾਰੀ, ਬਿਦਨ ਰਾਤੀ ਆਈਆਂ ਮਰਦਾਂ ਘੋੜਿਆਂ, ਚੰਡੀ ਦੀ ਵਾਰ ਜਿਹੜੀ ਪੰਕਤੀ ਆਉਂਦੀ ਹੈ ਨਾ ਉਹਨੂੰ ਬਿਧਣ ਰਾਤੀ ਕਹਿੰਦੇ ਹੈ, ਔਖੀ ਰਾਤ ਕਠਿਨ ਰਾਤ, ਵੈਸੇ ਇਹਨੂੰ ਵੈਦਿਆ ਰਾਤਰੀ ਕਹਿੰਦੇ ਸੰਸਕ੍ਰਿਤ ਵਿੱਚ, ਉਹ ਰਾਤ ਜਿਸ ਰਾਤ ਕਿਸੇ ਇਸਤਰੀ ਦਾ ਪਤੀ ਮਰਿਆ ਹੋਵੇ ਸੰਸਕਾਰ ਕਰਕੇ ਆਈ ਹੋਵੇ ਉਹਨੂੰ ਵਿਧਵਾ ਦੀ ਰਾਤ ਕਹਿੰਦੇ ਹੈ, ਉਹਨੂੰ ਔਖੀ ਰਾਤ ਹੁੰਦੀ ਹੈ, ਉਹ ਬਹੁਤ ਕਠਿਨ ਦੁਖਦਾਈ ਜਿਹੜੀ ਪਤਨੀ ਦਾ ਪਤੀ ਮਰ ਗਿਆ ਹੋਵੇ। ਸੋ ਸਾਧ ਸੰਗਤ ਜੀ, ਖਾਲਸੇ ਉੱਤੇ ਬਿਧਣ ਰਾਤੀ ਆ ਗਈ, ਬਿਧਣ ਰਾਤੀ ਆਈਆਂ ਮਰਦਾਂ ਘੋੜਿਆਂ, ਘੋੜਿਆਂ ਤੇ ਮਰਦਾਂ ਲਈ ਮੁਸੀਬਤ ਦੀਆਂ ਰਾਤਾਂ ਆ ਗਈਆਂ। ਦੋਹਰਾ ਬੜੋਲ ਕਟੂਏ ਭਾਂਤ ਇਤ ਸਿੰਘ ਫਸੇ ਜੋ ਜਾਏ, ਪਹਾੜ ਦੀ ਤਰਾਈ ਦੇ ਜਿਹੜੇ ਨਗਰ ਹਨ ਬੜੋਲ ਕਠੂਹਾ, ਇਹ ਸਾਧ ਸੰਗਤ ਜੀ ਉੱਪਰ ਚਲੇ ਜਾਓ ਗੁਰਦਾਸਪੁਰ ਤੋਂ, ਉੱਧਰ ਦਾ ਇਲਾਕਾ ਹੈ ਰਾਵੀ ਦੇ ਕਿਨਾਰੇ ਵਾਲੇ ਪਾਸੇ, ਉੱਧਰ ਜਾ ਕੇ ਸਿੰਘ ਪਹਾੜ ਵਿੱਚ ਉੱਪਰ ਜਦ ਚੜ੍ਹਨ ਲੱਗੇ ਬਸੌਲੀ ਦੇ ਪਹਾੜਾਂ ਨੂੰ, ਤਾਂ ਬਹੁਤ ਸਾਰੇ ਸਿੰਘ ਉੱਥੇ ਫਸ ਗਏ, ਮਾਰੇ ਗਏ, ਸ਼ਹੀਦ ਹੋ ਗਏ। ਦੀਨੇ ਲੂਟ ਔਰ ਕੂਟ ਕਰ ਨੱਟੇ ਸੋ ਫਿਰ ਪਛਤਾਏ, ਔਰ ਸਾਧ ਸੰਗਤ ਜੀ ਜਿਹੜੇ ਸਿੰਘ ਉੱਥੋਂ ਲੁੱਟ ਮਾਰ ਕਰਕੇ ਨੱਠੇ ਉਹ ਵੀ ਘੇਰੇ 'ਚ ਆ ਗਏ, ਭਾਵ ਬੜੀ ਮੁਸ਼ਕਲ ਹੋਈ ਸਿੰਘਾਂ ਲਈ। ਚੋ ਪਈ ਸਿੰਘਣ ਤਬੈ ਪਹਾੜ ਤਕਾਇਆ, ਸਿੰਘਾਂ ਨੇ ਪਹਾੜ ਦੀ ਓਟ ਤੱਕੀ ਸੀ ਵੀ ਪਹਾੜ ਨੂੰ ਚੜਾਂਗੇ, ਡੇਰਾ ਤਿਸੋ ਵੱਲ ਚਲਾਇਆ, ਫੌਜ ਪਹਾੜ ਨੂੰ ਤੁਰ ਪਈ, ਜਿੰਨਾ ਦਲ ਸੀਗਾ ਸਾਰਾ ਹੀ ਸਿੰਘਾਂ ਦਾ, ਬਾਬਾ ਜੱਸਾ ਸਿੰਘ ਜੀ, ਸੁੱਖਾ ਸਿੰਘ ਜੀ, ਸਾਰੇ ਜਿਹੜੇ ਮੁਖੀ ਸਨ ਉਹ ਪਹਾੜ ਨੂੰ ਮੂੰਹ ਕਰਕੇ ਤੁਰ ਪਏ। ਅੱਗੇ ਪੁਰਿਓ ਲਖਿਓ ਪਹਾੜ, ਅੱਗੇ ਧਰਤੀ ਤੋਂ ਗਾਂ ਪਹਾੜ ਸ਼ੁਰੂ ਹੋ ਜਾਂਦਾ ਹੈ, ਮੈਦਾਨ ਖਤਮ ਹੋ ਜਾਂਦਾ ਹੈ ਤੇ ਪਹਾੜੀ ਇਲਾਕਾ ਆਰੰਭ ਹੋ ਜਾਂਦਾ ਹੈ ਉੱਪਰ। ਖੜੇ ਖੜੇ ਥੇ ਸ਼ਸਤਰ ਨਾਲ, ਅੱਗੇ ਪਹਾੜੀਏ ਹਥਿਆਰਾਂ ਨਾਲ ਲੈਸ ਹੋ ਕੇ ਖੜੇ ਸਨ, ਸਾਰੇ ਪਹਾੜੀਏ ਸ਼ਸਤਰ ਫੜ ਕੇ ਤਿਆਰ ਬਰ ਤਿਆਰ ਹੋ ਕੇ ਖੜੇ ਸਨ। ਸਾਤ ਪਹਾੜ ਪਹਾੜੀਏ ਲੈ ਨਵਾਬ ਬੁਲਾਏ, ਜਦੋਂ ਸਿੰਘ ਉਧਰ ਗਏ ਉਧਰੋਂ ਦੀ ਖਬਰ ਵੀ ਨਾਲ ਦੀ ਨਾਲ ਮਿਲਦੀ ਸੀ, ਨਵਾਬ ਨੇ ਲੱਖੂ ਨੇ ਪਹਾੜੀਏ ਸਾਰੇ ਸੱਦ ਲਏ ਆਪਣੇ ਕੋਲ। ਉੱਪਰ ਪਹਾੜ ਸੋ ਆਰ ਖੜੇ ਦੇਖ ਸਿੰਘ ਸੰਸਾ ਆਏ, ਉਹ ਸਾਰੇ ਤੁਰਕ ਤੇ ਪਹਾੜੀਏ ਉੱਪਰ ਖੜੇ ਨਜ਼ਰ ਆ ਗਏ ਸਿੰਘਾਂ ਨੂੰ। ਸਿੰਘਾਂ ਨੇ ਸੋਚਿਆ ਵੀ ਇਹ ਸਾਨੂੰ ਕਿੱਥੇ ਪਹਾੜ ਤੇ ਚੜ੍ਹਨ ਦੇਣਗੇ, ਇਹ ਤਾਂ ਸਾਡੀ ਜਾਨ ਲੈਣ ਦੀ ਤਿਆਰੀ ਕਰੀ ਖੜੇ ਹਨ।
ਸਿੰਘਾਂ ਨੂੰ ਸ਼ੱਕ ਹੋ ਗਿਆ। ਪਤਾ ਲੱਗ ਗਿਆ ਵੀ ਇੱਥੇ ਸਾਡਾ ਨੁਕਸਾਨ ਹੋਣਾ ਹੈ। ਚੌਪਈ ਫਿਰ ਖਾਲਸੇ ਪਿੱਛਾ ਤਕਾਇਆ, ਫਿਰ ਸਿੰਘਾਂ ਨੂੰ ਪਿੱਛੇ ਮੁੜਨਾ ਪਿਆ। ਪਹਿਲਾਂ ਤਾਂ ਸੋਚਿਆ ਸੀ ਵੀ ਪਹਾੜ ਨੂੰ ਚੜ੍ਹ ਚੱਲਾਂਗੇ, ਪਰ ਜਦੋਂ ਪਹਾੜ 'ਤੇ ਚੜ੍ਹਨ ਦੀ ਕੋਈ ਪੇਸ਼ ਜਾਂਦੀ ਨਾ ਨਜ਼ਰ ਆਈ ਵੀ ਜਾ ਬਹੁਤ ਜ਼ਿਆਦਾ ਨੁਕਸਾਨ ਪਹਾੜ 'ਤੇ ਚੜ੍ਹਾਂਗੇ ਤਾਂ ਹੋਵੇਗਾ, ਇਹ ਸੋਚ ਕੇ ਸਾਰਾ ਖਾਲਸਾ ਇਕਦਮ ਪਿੱਛੇ ਨੂੰ ਮੁੜ ਪਿਆ। ਤੁਰਕ ਫੌਜ ਸੋ ਜੰਗ ਮਚਾਇਆ, ਜਿਹੜੀ ਪਿੱਛੇ ਤੁਰਕਾਂ ਦੀ ਫੌਜ ਆ ਰਹੀ ਸੀ ਲਖਪਤ ਰਾਏ ਦੀ, ਉਹਦੇ ਨਾਲ ਸਿੰਘਾਂ ਨੇ ਆਖਿਆ ਵੀ ਇਹਨਾਂ ਨਾਲ ਹੀ ਜੰਗ ਕਰ ਲਈਏ ਹੁਣ, ਕਿਉਂਕਿ ਪਿੱਛੇ ਫੌਜ ਸੀ, ਇੱਕ ਪਾਸੇ ਅੱਗ ਲੱਗੀ ਹੋਈ ਸੀ, ਇੱਕ ਪਾਸੇ ਪਹਾੜ ਸੀਗਾ ਅਤੇ ਇੱਕ ਪਾਸੇ ਰਾਵੀ ਦਰਿਆ ਸੀਗਾ। ਜਦੋਂ ਮੁਸੀਬਤ ਆਉਂਦੀ ਫਿਰ ਚਾਰੇ ਪਾਸੇ ਆਉਂਦੀ, ਜੇ ਮੁਸੀਬਤ ਇੱਕ ਪਾਸੇ ਆਵੇ ਤਾਂ ਮੁਸੀਬਤ ਹੀ ਨਹੀਂ ਹੁੰਦੀ, ਮੁਸੀਬਤ ਹੀ ਉਹ ਹੁੰਦੀ ਹੈ ਜਿਹੜੀ ਚਾਰੇ ਪਾਸਿਓਂ ਆ ਜਾਵੇ। ਵੱਡੇ ਘੱਲੂ ਘਾਰੇ 'ਚ ਵੀ ਇਹ ਮੁਸੀਬਤ ਆਈ ਕਿ ਇੱਕਦਮ ਅਬਦਾਲੀ ਦੀ ਫੌਜ ਸਿੰਘਾਂ ਨਾਲੋਂ ਲਗਭਗ 3 ਗੁਣਾ ਜ਼ਿਆਦਾ ਸੀ। ਸਿੰਘਾਂ ਦੀ 70,000 ਗਿਣਤੀ ਸੀ, ਜਿਨ੍ਹਾਂ ਵਿੱਚ ਅੱਧੀਆਂ ਬੀਬੀਆਂ ਅਤੇ ਬੱਚੇ ਅਤੇ ਬੁੱਢੇ ਸਨ, ਅਤੇ ਅਬਦਾਲੀ 2.5 ਲੱਖ ਫੌਜ ਲੈ ਕੇ ਆਇਆ ਸੀਗਾ ਵੱਡੇ ਘੱਲੂ ਘਾਰੇ 'ਚ। ਫਿਰ ਦੂਸਰੀ ਗੱਲ ਇਹ ਸੀ ਕਿ ਜਿਹੜਾ ਨਾਲ ਪਰਿਵਾਰ ਸੀਗੇ ਨਾ, ਉਹ ਵੱਡੀ ਮੁਸੀਬਤ ਸੀਗੀ। ਜੇ ਕਿਤੇ ਪਰਿਵਾਰ ਨਾ ਹੁੰਦੇ ਫਿਰ ਅਬਦਾਲੀ ਵੱਡੇ ਘੱਲੂ ਘਾਰੇ 'ਚ ਸਿੰਘਾਂ ਦਾ ਇੰਨਾ ਨੁਕਸਾਨ ਨਾ ਕਰ ਸਕਦਾ। ਪਰਿਵਾਰਾਂ ਕਰਕੇ ਸਿੰਘ ਘਿਰ ਗਏ। ਫਿਰ ਸਾਧ ਸਿੰਘ ਜੀ ਅੱਗੇ ਮਲੇਰਕੋਟਲੇ ਵਾਲਿਆਂ ਨੇ ਰਸਤਾ ਰੋਕ ਲਿਆ, ਜੈਨ ਖਾਂ ਸਰਹੰਦ ਵਾਲੇ ਨੇ ਰਸਤਾ ਰੋਕ ਲਿਆ। ਉਹ ਜਦੋਂ ਵੀ ਮੁਸੀਬਤ ਆਉਂਦੀ ਹੈ ਫਿਰ ਉਹ ਸਾਰੇ ਪਾਸਿਓਂ ਆਉਂਦੀ, ਉਹਨੂੰ ਹੀ ਘੱਲੂ ਘਾਰਾ ਕਹਿੰਦੇ ਆ। ਘੱਲੂ ਘਾਰਾ ਜਿਹੜਾ ਸੰਨ 1984 'ਚ ਹੋਇਆ ਉਹਨੂੰ ਵੀ ਤਾਂ ਹੀ ਘੱਲੂ ਘਾਰਾ ਕਹਿੰਦੇ ਵੀ ਇੱਕ ਤਾਂ ਗੁਰੂ ਅਰਜਨ ਦੇਵ ਦਾ ਗੁਰਪੁਰਬ ਸੀ, ਗਰਮੀ ਬੜੀ ਸੀ, ਇੱਕ ਸੰਗਤਾਂ ਸਾਰੀਆਂ ਅੰਦਰ ਘਿਰ ਗਈਆਂ, ਬਹੁਤੀ ਸੰਗਤ ਤਾਂ ਉੱਥੇ ਸ਼ਹੀਦ ਹੋ ਗਈ। ਸੋ ਵੱਡਾ ਘੱਲੂ ਘਾਰਾ ਛੋਟਾ ਘੱਲੂ ਘਾਰਾ ਜਿਹੜੇ ਪੁਰਾਤਨ ਚੱਲੇ ਉਹਨਾਂ ਵਿੱਚ ਇਹ ਜਿਹੜਾ ਛੋਟਾ ਘੱਲੂ ਘਾਰਾ ਸਭ ਤੋਂ ਪਹਿਲਾਂ ਸੰਨ 1746 ਮਈ ਦੇ ਮਹੀਨੇ ਹੋ ਰਿਹਾ, ਗਰਮੀ ਵੀ ਬੜੀ ਹੈ, ਕਾਫੀ ਦਿਨਾਂ ਤੋਂ ਸਿੰਘਾਂ ਨੇ ਲੰਗਰ ਪ੍ਰਸ਼ਾਦਾ ਵੀ ਨਹੀਂ ਛਕਿਆ, ਭੁੱਖੇ ਪਿਆਸੇ ਹਨ, ਉੱਪਰ ਪਹਾੜ ਦੇ ਪਹਾੜੀਏ ਨਹੀਂ ਚੜ੍ਹਨ ਦਿੰਦੇ, ਇੱਕ ਪਾਸੇ ਜੰਗਲ 'ਚ ਅੱਗ ਲੱਗੀ ਹੋਈ ਹੈ, ਇੱਕ ਪਾਸੇ ਲਖਪਤ ਦੀਆਂ ਫੌਜਾਂ ਮਾਰੋ ਮਾਰ ਕਰਦੀਆਂ ਪਿੱਛੇ ਆ ਰਹੀਆਂ ਨੇ, ਇਸ ਤਰ੍ਹਾਂ ਉੱਧਰ ਜਿਹੜੇ ਪਾਸੇ ਪਰਾਂ ਲੰਘਣਾ ਚਾਹੁੰਦੇ ਦਰਿਆ ਬੜਾ ਚੜ੍ਹਿਆ ਹੋਇਆ ਰਾਵੀ। ਹਾਂਜੀ, ਉੱਠੀ ਸਿੱਧੀ ਖੁੰਡੀ ਤਲਵਾਰ, ਫਿਰ ਸਿੰਘ ਪਿਛਾ ਮੁੜੇ ਗੁੱਸਾ ਖਾ ਕੇ ਵੀ ਹੁਣ ਤਾਂ ਮਰਨਾ ਹੀ ਹੈ, ਮਾਰਾਂਗੇ ਜਾਂ ਮਰਾਂਗੇ। ਉੱਠੀਆਂ ਸਿੱਧੀਆਂ ਖੁੰਡੀਆਂ ਤਲਵਾਰਾਂ ਜਿਹੋ ਜਿਹੇ ਟੁੱਟੇ ਭੱਜੇ ਜਰਖਲ ਸ਼ਸਤਰ ਸਨ, ਸਿੰਘਾਂ ਨੇ ਉਹੀ ਚਲਾਣੇ ਸ਼ੁਰੂ ਕਰ ਦਿੱਤੇ। 12 ਪਲ ਸੋ ਹੋਏ ਜਾਏ ਪਾਰ, ਜਦੋਂ ਗੁੱਸੇ 'ਚ ਆ ਕੇ ਵੀਰ ਰਸ ਵਿੱਚ ਆ ਕੇ ਜ਼ੋਰ ਨਾਲ ਤੇਗ ਮਾਰਦੇ, ਟੁੱਟੀਆਂ ਭੱਜੀਆਂ ਤਲਵਾਰਾਂ ਵੀ ਦੁਸ਼ਮਣਾਂ ਦੇ ਸਿਰਾਂ 'ਚੋਂ ਪਾਰ ਲੰਘਦੀਆਂ। 1 ਫਲ ਨੇਜੋ ਰਹਿ ਸੋ ਬੀਚ, ਕਹਿੰਦੇ ਨੇਜਾ ਮਾਰਦੇ ਤੇ ਨੇਜਾ ਦੁਸ਼ਮਣ ਦੀ ਛਾਤੀ 'ਚ ਰਹਿ ਜਾਂਦਾ ਤੇ ਪਿੱਛੇ ਸੋਟਾ ਰਹਿ ਜਾਂਦਾ ਤੇ ਜਾਂ ਉਹਦਾ ਥੱਲੇ ਵਾਲਾ ਸੁੰਬਾ ਰਹਿ ਜਾਂਦਾ। ਹਾਂਜੀ, ਮਾਰੇ ਸਿਰ ਤੈ ਛੜਕੋ ਖੀਚ, ਡਾਂਗ ਨਾਲ ਲੜਾਈ ਕਰਨੀ ਪੈਂਦੀ ਤੇ ਡਾਂਗ ਮਾਰ ਕੇ ਦੁਸ਼ਮਣ ਦਾ ਸਿਰ ਫੇਰ ਦਿੰਦੇ, ਜਿਹੜੀ ਸੰਮ ਵਾਲਾ ਪਾਸਾ ਹੁੰਦਾ ਨਾ ਥੱਲੇ ਉਹਨੂੰ ਸੁੰਬਾ ਕਹਿੰਦੇ, ਥੱਲੇ ਸੂਹਾ ਲੱਗਾ ਹੁੰਦਾ,
ਨੇਜਾ ਟੁੱਟ ਜਾਂਦਾ ਤੇ ਫਿਰ ਉਹਦੇ ਨਾਲ ਹੀ ਲੜਨਾ ਪੈਂਦਾ ਸੀ। ਹਾਂਜੀ, ਟੁੱਟੀ ਕਮਾਨ ਸਿਰ ਮਾਰੇ ਤਾਣ, ਟੁੱਟੀਆਂ ਕਮਾਨਾਂ ਜਿਹਦੀਆਂ ਕਮਾਨਾਂ ਟੁੱਟ ਗਈਆਂ ਸਨ, ਉਹ ਵੀ ਸਿਰਾਂ ਦੁਸ਼ਮਣ ਦੇ ਮਾਰਦੇ ਸਿੰਘ। ਸੀਸੋ ਫੋੜੇ ਬੜੀ ਜਵਾਨ, ਬੜੇ ਬੜੇ ਜਵਾਨਾਂ ਪਠਾਣਾਂ ਦੇ ਸਿਰ ਫੇ ਦਿੰਦੇ ਸਿੰਘ। ਟੋਲੇ ਲੱਖੂ ਜੋ ਪਾਵੇ ਕਹੀਂ, ਕਹਿੰਦੇ ਗੁੱਸੇ ਚ ਆਇਆ ਸੁੱਖਾ ਸਿੰਘ ਘੋੜੇ ਦੇ ਚੜਿਆ, ਲੱਭਦਾ ਫਿਰਦਾ ਕਹਿੰਦਾ ਵੀ ਮੈਨੂੰ ਲੱਖੂ ਲੱਭ ਜਾਵੇ ਕਿਤੇ। ਕਹਿੰਦਾ ਲੱਖੂ ਨੂੰ ਵੇਖੀਏ, ਕਹਿੰਦੇ ਲੱਖੂ ਨੂੰ ਲੱਭਦੇ ਫਿਰਦੇ ਆ, ਭਾਲਦੇ ਫਿਰਦੇ ਆ ਸਿੰਘ, ਜੇ ਕਿਤੇ ਸਾਨੂੰ ਉੱਥੇ ਆ ਜਾਵੇ ਲੱਭ ਜਾਵੇ। ਰਹਿ ਪਿੱਛੇ ਸੋ ਲੱਭੇ ਨਾਹੀਂ, ਪਰ ਲੱਖੂ ਕਿੱਥੇ ਸਿੰਘਾਂ ਦੇ ਨੇੜੇ ਆਉਂਦਾ ਸੀ, ਉਹਦੇ ਪਿੱਛੇ ਦੂਰ ਖੜ ਕੇ 2-4 ਮੀਲ ਪਿੱਛੋਂ ਫੌਜਾਂ ਭੇਜਦਾ ਸੀ। ਬਲੀ ਸਿੰਘ ਜੋ ਸਸਤਰ ਮਾਰੇ, ਬਲੀ ਜੋਧੇ ਸਿੰਘ ਸਨ, ਬਾਬਾ ਜੱਸਾ ਸਿੰਘ ਜੀ ਵਰਗੇ, ਬਾਬਾ ਸੁੱਖਾ ਸਿੰਘ ਜੀ ਵਰਗੇ, ਬਾਬਾ ਨੌਧ ਸਿੰਘ ਜੀ, ਨਵਾਬ ਕਪੂਰ ਸਿੰਘ ਜੀ ਵਰਗੇ ਸੂਰਮੇ। ਤੁਰਕ ਸੋ ਮੁੰਡਿਆ ਕਾਟ ਬਿਡਾ ਰਹਿ, ਤੁਰਕਾਂ ਦੀਆਂ ਮੁੰਡੀਆਂ ਕੱਟ ਕੱਟ ਸੁੱਟਦੇ ਸਨ। ਦੋਹਰਾ ਫਿਰ ਫਿਰੇ ਬਲ ਨਾ ਚੱਲੇ, ਤੋਬ ਜਬੂਰਨ ਨਾਲ, ਪਰ ਤਲਵਾਰਾਂ ਨਾਲ ਬਰਛਿਆਂ ਨਾਲ ਭਲਾ ਜੰਗ ਜਿੱਤੇ ਜਾਂਦੇ ਆ। ਜਿੱਥੇ ਤੋਪਾਂ ਚੱਲਦੀਆਂ, ਜੰਬੂਰੇ ਚੱਲਦੇ, ਰਹਿਕਲੇ ਚੱਲਦੇ, ਦੂਰੋਂ ਗੋਲੀਆਂ ਆਉਂਦੀਆਂ, ਉੱਥੇ ਸਿੰਘ ਵਿਚਾਰੇ ਕਿੰਨਾ ਕੁ ਚਿਰ ਖੜ ਸਕਦੇ ਸਨ। ਫੇਰ ਸਿੱਖਾਂ ਦੇ ਪੈਰ ਹਿੱਲ ਗਏ। ਤਕਿਓ ਤਬੈ ਦਰਿਆਓ ਤਿੰਨ, ਹੋਇਆ ਜਿਮ ਤਿਮ ਪਾਰ। ਹੁਣ ਸਿੰਘਾਂ ਨੂੰ ਨਜ਼ਰ ਆਇਆ ਵੀ ਲੜ ਕੇ ਵੀ ਅਸੀਂ ਜਿੱਤ ਨਹੀਂ ਸਕਦੇ, ਕਿਉਂਕਿ ਸਾਡੇ ਕੋਲ ਹਥਿਆਰ ਕੋਈ ਨਹੀਂ ਇੰਨੇ ਵਧੀਆ, ਔਰ ਦੁਸ਼ਮਣ ਜ਼ਿਆਦਾ ਹੈ। ਫੇਰ ਸੋਚਿਆ ਵੀ ਉਹ ਪਹਾੜ ਦੇ ਵੀ ਨਹੀਂ ਚੜ੍ਹ ਸਕਦੇ, ਦੁਸ਼ਮਣ ਨਾਲ ਲੜ ਕੇ ਵੀ ਨਹੀਂ ਲੰਘ ਸਕਦੇ, ਤਾਂ ਆਪਾਂ ਦਰਿਆ ਰਾਵੀ ਪਾਰ ਕਰਕੇ ਜਿਹੜਾ ਪੱਛਮੀ ਪੰਜਾਬ ਵਾਲਾ ਪਾਸਾ, ਅੱਜ ਕਹਿ ਲਓ ਪਾਕਿਸਤਾਨ ਦਾ ਇਲਾਕਾ, ਤੇ ਉਧਰ ਪਰਾਂ ਨੂੰ ਲੰਘ ਜਲੀਏ। ਰਾਵੀ ਪਾਰ ਕਰਨ ਲਈ ਸਿੰਘਾਂ ਨੇ ਗੁਰਮਤਾ ਸੋਧਿਆ। ਚੌਪਈ ਜਾਏ ਖੜੇ ਦਰਿਆਏ ਕਿਨਾਰੇ, ਸਿੰਘ ਲੜਦੇ ਲੜਦੇ ਫਿਰ ਪਿਛਾਂ ਨੂੰ ਦੌੜੇ ਤੇ ਰਾਵੀ ਦਰਿਆ ਦੇ ਬਰੇਤੀ ਚ ਜਾ ਕੇ ਖਲੋ ਗਏ। ਅੱਗੇ ਦਰਿਆਏ ਸੋ ਲਹਿਰਨ ਮਾਰੇ, ਅੱਗੇ ਰਾਵੀ ਦਰਿਆ ਵੀ ਠਾਠਾ ਮਾਰਦਾ। ਮੁਸੀਬਤ ਸਾਰੇ ਪਾਸੇ ਆਉਂਦੀ ਹੈ। ਜਦੋਂ ਸਰਸਾ ਨਦੀ ਦੇ ਮਹਾਰਾਜ 10ਵੇਂ ਪਾਤਸ਼ਾਹ ਪਹੁੰਚੇ ਤੇ ਸਰਸਾ ਨੇ ਵੀ ਹੱਥ ਚੁੱਕ ਲਈ ਸੀ, ਉਦਾਂ ਹੀ ਰਾਵੀ ਦਰਿਆ ਠਾਠਾ ਮਾਰੀ, ਲਹਿਰਾਂ ਉਹਦੀਆਂ ਉਛਲਦੀਆਂ, ਪੂਰਾ ਭਰ ਕੇ ਵਗਣ ਲੱਗ ਪਿਆ। ਛੂਕੇ ਫੂਕੇ ਚੱਕ ਚੱਕ ਡੰਡ, ਕਹਿੰਦੇ ਫੁੰਕਾਰੇ ਮਾਰਦਾ ਦਰਿਆ ਜਿਵੇਂ ਡੰਡ ਪੇਲਦਾ ਹੋਵੇ, ਜਿਵੇਂ ਕੋਈ ਪਹਿਲਵਾਨ ਡੰਡ ਪੇਲਦਾ ਨਾ, ਫੁੰਕਾਰੇ ਮਾਰਦਾ, ਏਦਾਂ ਦਰਿਆ ਦੀਆਂ ਲਹਿਰਾਂ ਏਦਾਂ ਏਦਾਂ ਛਾਲਾਂ ਮਾਰਦੀਆਂ ਦਿਸਦੀਆਂ ਸਿੰਘਾਂ ਨੂੰ। ਹਾਂਜੀ, ਘੁੰਮਣ ਘੇਰਨ ਪਿਆਨ ਪ੍ਰਚੰਡ, ਔਰ ਬੜੀਆਂ ਘੁੰਮਣ ਘੇਰੀਆਂ ਦਰਿਆ ਚ ਪੈਂਦੀਆਂ। ਸਾਧ ਸੰਗਤ ਜੀ, ਵੱਡੇ ਤੋਂ ਵੱਡਾ ਤਾਰੂ ਵੀ ਘੁੰਮਣ ਘੇਰੀ ਚੋਂ ਨਹੀਂ ਨਿਕਲ ਸਕਦਾ, ਬੜੀ ਭਿਆਨਕ ਹੁੰਦੀ ਹੈ। ਉਹਦੇ ਚ ਬੜੇ ਬੜੇ ਵੱਡੇ ਤਾਰੂ ਫਸ ਕੇ ਡੁੱਬ ਜਾਂਦੇ, ਕਿਉਂਕਿ ਉਹ ਕਿਸੇ ਪਾਸੇ ਜ਼ੋਰ ਲੱਗਣ ਹੀ ਨਹੀਂ ਦਿੰਦਾ, ਏਦਾਂ ਘੁੰਮਾ ਕੇ ਮਾਰ। ਘੁੰਮਣ ਘੇਰੀਆਂ ਦਰਿਆ ਦੇ ਵਿੱਚ ਪੈਂਦੀਆਂ, ਵੇਖ ਕੇ ਸਿੰਘਾਂ ਨੇ ਸੋਚਿਆ ਬੜੀ ਮੁਸ਼ਕਲ ਚ ਫਸ ਗਏ ਆ। ਬਹੁਤ ਜ਼ੋਰ ਸੋ ਗੱਜ ਤਿਆਵੇ, ਔਰ ਪਾਣੀ ਉੱਤੋਂ ਪਹਾੜਾਂ ਦੇ ਛੂਕਦਾ ਹੁੰਦਾ, ਗੋਲੀ ਦੀ ਤਰ੍ਹਾਂ ਗੂੰਜਦਾ ਹੋਇਆ। ਬਹੁਤ ਬਿਰਛਨ ਕੀ ਜੜਾਂ ਪੁਟਾਵੇ, ਕਹਿੰਦੇ ਰਾਵੀ ਦਰਿਆ ਇੰਨਾ ਚੜਿਆ ਵੀ ਦਰਖਤਾਂ ਨੂੰ ਪੁੱਟੀ ਆਉਂਦਾ, ਪਹਾੜ ਚੋਂ ਦਰਖਤ ਰੁੜਦੇ ਆ ਰਹੇ ਨੇ, ਰਾਵੀ ਦੇ ਵਿੱਚ ਜੜਾਂ ਪੁੱਟੀਆਂ ਦਰਖਤਾਂ ਦੀਆਂ, ਜਿਹੜਾ ਦਰਖਤਾਂ ਨੂੰ ਪੁੱਟ ਕੇ ਲਿਆ ਰਿਹਾ, ਕਿੰਨੀ ਤਾਕਤ ਹੋਣੀ ਹੈ, ਬੰਦਾ ਉਹਦੇ ਸਾਹਮਣੇ ਭਲਾ ਕੀ ਠਹਿਰ ਸਕਦਾ ਹੈ। ਉਹਾ ਪੁਰਸ਼ ਕੀ ਕੌਣ ਚਲਾਵੇ, ਉਹਦੇ ਆਦਮੀ ਦੀ ਕਿਆ ਬੁੱਕਤ ਹੈ, ਐਡਾ ਦਰਿਆ ਪਾਣੀ ਰਾਵੀ ਦਾ,
ਠਾਠਾ ਪਾਰਦਾ ਹੈ। ਤੋੜਤ ਸਿਲਾ ਪੱਥਰ ਕੀ ਆਵੈ, ਉਹਦਾ ਪਹਾੜਾਂ ਵਿੱਚੋਂ ਪੱਥਰ ਵੀ ਤੋੜਦਾ ਆਉਂਦਾ, ਪੱਥਰ ਦੀਆਂ ਜਿਹੜੀਆਂ ਚਟਾਨਾਂ ਨੇ ਉਹਨਾਂ ਨੂੰ ਵੀ ਤੋੜ ਤੋੜ ਕੇ ਪਹਾੜਾਂ ਦੇ ਵਿੱਚੋਂ ਪੱਥਰਾਂ ਨੂੰ ਰੋੜ ਕੇ ਰਾਵੀ ਲੈ ਗਿਆ ਕੇ ਆ ਰਹੀ ਹੈ। ਦੋਹਰਾ ਕਹੋ ਉਵਾ ਖਲ ਖਾਲਸੇ ਕਹੋ ਯਾ ਲਿਆਵੇ ਥਾਹੋ। ਸਿੰਘਾਂ ਨੇ ਸਲਾਹ ਕੀਤੀ, ਵੇਖੀਏ ਪਤਾ ਤਾਂ ਕਰੀਏ ਕਿ ਪਾਣੀ ਕਿੰਨਾ ਕੁ ਡੂੰਘਾ ਹੈ, ਇਹਦੀ ਥਾਹ ਕਿੰਨੀ ਕੁ ਹੈ। ਕੋਈ ਸਿਆਣਾ ਬੰਦਾ ਪਾਣੀ ਦੇ ਵਿੱਚ ਵੜੇ, ਉਹ ਪਤਾ ਲੈ ਕੇ ਆਵੇ ਵੀ ਕਿੱਥੋਂ ਆਪਾਂ ਉੱਚ, ਕਈ ਵਾਰੀ ਨਾ ਪਾਣੀ 'ਚ ਰੇਤਾ ਉੱਚਾ ਹੁੰਦਾ, ਉੱਥੋਂ ਬੰਦਾ ਲੰਘਣ ਦੀ ਥੋੜ੍ਹੀ ਬਾਹਲੀ ਥਾਂ ਹੁੰਦੀ ਹੈ ਅਤੇ ਕਿਤੇ ਪੈਰ ਡੂੰਘਾ ਚਲਾ ਜਾਂਦਾ ਅਤੇ ਉੱਥੇ ਡੁੱਬਣ ਦਾ ਖਤਰਾ ਹੁੰਦਾ। ਇਹ ਪਤਾ ਲਈਏ ਵੀ ਕਿਹੜੀ ਥਾਂ ਤੋਂ ਬਚਾ ਕੇ ਲੰਘ ਸਕਦੇ ਹਾਂ। ਜਾ ਕੇ ਪਾਜੇ ਸਭ ਲੰਘੈ ਐਸ ਬਤਾਵੇ ਰਾਹੋ। ਕੋਈ ਸਿੰਘ ਪਿਆਰਾ ਜਾਓ ਭਾਈ, ਜਿਹੜਾ ਜਾ ਕੇ ਪਾਣੀ ਦੀ ਥਾਂ ਲਵੇ, ਜਿਹਦੇ ਪਿੱਛੇ ਆਪਾਂ ਸਾਰੇ ਲੰਘਾਂਗੇ, ਥਾਂ ਡੂੰਘਾਈ ਕਿੰਨੀ ਹੈ, ਕਿੱਥੋਂ ਜ਼ਿਆਦਾ ਕਿੱਥੋਂ ਘੱਟ ਹੈ। ਪਹਿਲੇ ਜ਼ਮਾਨਿਆਂ 'ਚ ਕਰਦੇ ਸੀ, ਕਾਨੇ ਗੱਡ ਛੱਡਦੇ ਸੀ ਨਦੀਆਂ ਦੇ ਵਿੱਚ, ਉਹ ਕਾਨੇ ਜਿੱਥੇ ਗੱਡੇ ਹੁੰਦੇ ਸੀ ਉਹਦਾ ਮਤਲਬ ਹੁੰਦਾ ਸੀ ਵੀ ਪਾਣੀ ਇੱਥੇ ਘੱਟ ਹੈ ਇੱਥੇ ਜ਼ਿਆਦਾ ਹੈ। ਉਹਦਾ ਉਦੋਂ ਹੁੰਦਾ ਸੀ ਜਦੋਂ ਆਮ ਮੌਸਮ ਹੁੰਦੀ ਸੀ, ਪਰ ਬਰਸਾਤ ਦੇ ਮੌਸਮਾਂ ਦੇ ਵਿੱਚ ਤਾਂ ਉਹ ਕਾਨੇ ਕੀ ਕਰਨਗੇ। ਤੋ ਉਹਨਾਂ ਦਿਨਾਂ ਦੇ ਵਿੱਚ ਉੱਪਰ ਪਹਾੜਾਂ 'ਚ ਮੀਂਹ ਪੈ ਰਿਹਾ ਸੀਗਾ, ਪਾਣੀ ਬਹੁਤ ਆ ਰਿਹਾ ਸੀ ਅਤੇ ਪਤਾ ਨਹੀਂ ਲੱਗ ਰਿਹਾ ਸੀ ਵੀ ਕਿੱਥੋਂ ਡੂੰਘਾ ਦਰਿਆ ਹੈ ਅਤੇ ਕਿੱਥੋਂ ਸਾਡੇ ਲੰਘਣ ਦਾ ਰਸਤਾ ਬਣ ਸਕਦਾ ਹੈ। ਹਾਂਜੀ, ਜੋ ਪਈ ਰਤਨ ਸਿੰਘ ਤੇ ਡੱਲੇ ਵਾਲ, ਰਤਨ ਰਹਿਤ ਸਿੰਘ ਤੇ ਡੱਲੇ ਵਾਲ। ਪੰਥ ਦੇ ਵਿੱਚ ਇੱਕ ਡੱਲੇ ਵਾਲੀ ਆ ਮਿਸਲ ਹੋਈ ਹੈ 12 ਮਿਸਲਾਂ ਵਿੱਚੋਂ। ਉਹ ਡੱਲੇ ਵਾਲ ਜਿਹੜਾ ਪਿੰਡ ਸੀਗਾ, ਜਿਹੜੀ ਡੱਲੇ ਵਾਲ ਮਿਸਲ ਦੇ ਸਿੰਘ ਸਨ, ਖੱਤਰੀ ਜਾਤ ਸੋ ਪਾਈ ਚਾਰ, ਉਹ ਬਰਾਦਰੀ ਖੱਤਰੀ ਜਾਤ ਵਿੱਚੋਂ ਸਨ। ਕਿਉਂਕਿ ਖਾਲਸਾ ਪੰਥ ਜਿਹੜਾ ਹੈ ਇਹਦੇ ਜਾਤ ਪਾਤ ਸਾਧ ਸੰਗਤ ਜੀ ਸਾਰੀਆਂ ਹੀ ਮਹਾਰਾਜ ਨੇ ਆਪਣੇ ਨਾਲ ਲਾ ਲਈ, ਕੋਈ ਜਾਤ ਕੋਈ ਬਰਾਦਰੀ ਵੱਧ ਘੱਟ ਨਹੀਂ ਕੀਤੀ। ਜਿੰਨੀਆਂ ਵੀ ਮਹਾਰਾਜ ਦੇ ਭਾਈ ਦਇਆ ਸਿੰਘ ਜੀ ਖੱਤਰੀ, ਭਾਈ ਧਰਮ ਸਿੰਘ ਜੀ ਜੱਟ, ਭਾਈ ਸਾਹਿਬ ਸਿੰਘ ਜੀ ਨਾਈ, ਭਾਈ ਹਿੰਮਤ ਸਿੰਘ ਜੀ ਝੀਵਰ ਅਤੇ ਭਾਈ ਮੋਹਕਮ ਸਿੰਘ ਛੀਂਬਾ ਬਰਾਦਰੀ 'ਚੋਂ, ਗੁਰੂ ਸਾਹਿਬ ਨੇ ਜਾਤ ਪਾਤ ਮਿਟਾ ਕੇ ਖਾਲਸਾ ਸਾਜਿਆ, ਉਹਨਾਂ ਵਿੱਚੋਂ ਖੱਤਰੀ ਸਿੰਘ ਵੀ ਨਾਲ ਸਨ, ਉਹ ਡੱਲੇ ਵਾਲੀਏ ਮਿਸਲ ਦੇ ਮੁਖੀ ਸਨ। ਸੂਰ ਬੀਰ ਬੜ ਜਾਪੈ ਭੂਪ, ਉਹ ਬੜੇ ਯੋਧੇ ਸਨ, ਚਾਰ ਭਰਾ ਸਨ, ਕਹਿੰਦੇ 7-7 ਫੁੱਟੇ ਲੰਮੇ ਜਵਾਨ, ਏਦਾਂ ਲੱਗਦਾ ਸੀ ਵੀ ਜਿਵੇਂ ਕੋਈ ਰਾਜੇ ਮਹਾਰਾਜਿਆਂ ਦੇ ਰਾਜਕੁਮਾਰ ਹੋਣ। ਉਮਦੇ ਘੋੜੇ ਬਹੁਤ ਅਨੂਪ, ਚਾਰਾਂ ਭਰਾਵਾਂ ਦੇ ਕੋਲ ਘੋੜੇ ਵੀ ਬੜੇ ਵਧੀਆ ਕਿਸਮ ਦੇ ਚੰਗੇ, ਤੇ ਪੰਥ ਦੇ ਵਿੱਚ ਅੱਗੇ ਹੋ ਕੇ ਲੜਦੇ ਸਨ। ਕਹਿ ਸਿੰਘਾਂ ਦੋਏ ਵੜਸੋ ਪੈ, ਜਦੋਂ ਖਾਲਸੇ ਪੰਥ ਨੇ ਕਿਹਾ ਵੀ ਕੋਈ ਵੜੋ, ਤੇ ਉਹਨਾਂ ਚਾਰਾਂ ਵਿੱਚੋਂ ਦੋ ਭਰਾ ਕਹਿੰਦੇ ਅਸੀਂ ਜਾ ਕੇ ਦੇਖਦੇ ਹਾਂ ਰਾਵੀ ਦਾ ਪਾਣੀ ਕਿੰਨਾ ਕੁ ਡੂੰਘਾ ਹੈ। ਖਾ ਗਏ ਗੋਤੇ ਨਾ ਫਿਰ ਆਏ, ਪਰ ਦੋਵੇਂ ਸੱਕੇ ਭਰਾ ਉਹ ਜਿਹੜੇ ਡੱਲੇ ਵਾਲੀਏ ਮਿਸਲ ਦੇ ਸਨ ਖੱਤਰੀ ਸਿੰਘ, ਉਹ ਜਦੋਂ ਘੋੜੇ ਲੈ ਕੇ ਪਾਣੀ ਦੇ ਵਿੱਚ ਵੜੇ ਉੱਤੇ ਖਾ ਗਏ,
ਘੋੜਿਆਂ ਦੇ ਵੀ ਪੈਰ ਹਿੱਲ ਗਏ ਸਣੇ, ਘੋੜਿਆਂ ਦੇ ਸਿੰਘ ਡੁੱਬ ਗਏ ਦੋਵੇਂ ਹੀ। ਗੁਰਦਿਆਲ ਸਿੰਘ ਕੇ ਪਾਈ ਓਈ, ਉਹ ਡੱਲੇ ਵਾਲੀਆ ਜਿਹੜਾ ਗੁਰਦਿਆਲ ਸਿੰਘ ਹੋਇਆ ਜਥੇਦਾਰ, ਉਹਦੇ ਭਰਾ ਸਨ, ਸੱਕੇ ਭਰਾ ਸਨ ਗੁਰਦਿਆਲ ਸਿੰਘ ਦੇ। ਸੱਕੇ ਦੋਵੇਂ ਭਰਾ ਇੱਕੋ ਟਾਈਮ ਰਾਵੀ ਦੇ ਚ ਸ਼ਹੀਦੀ ਪਾ ਗਏ। ਮਿਸਲ ਡੱਲੇ ਵਾਲ ਜਿਨ ਤੇ ਹੋਈ, ਜਿਨ੍ਹਾਂ ਤੋਂ ਡੱਲੇ ਵਾਲੀਆ ਮਿਸਲ ਚੱਲੀ ਹੈ ਬਾਰਾਂ ਮਿਸਲਾਂ ਵਿੱਚੋਂ, ਉਹ ਭਾਈ ਗੁਰਦਿਆਲ ਸਿੰਘ ਦਾ ਦੋ ਭਰਾ ਜਿਹੜੇ ਸਨ ਉਹ ਰਾਵੀ ਦੇ ਵਿੱਚ ਡੁੱਬ ਗਏ, ਸ਼ਹੀਦ ਹੋ ਗਏ। ਤਬੇ ਖਾਲਸਾ ਐਸ ਵਿਚਾਰਾ, ਹੁਣ ਖਾਲਸੇ ਨੇ ਵਿਚਾਰ ਕੀਤੀ ਵੀ ਪਾਣੀ ਤੇ ਨਹੀਂ ਆਪਾਂ ਨੂੰ ਲੰਘਣ ਦਿੰਦਾ, ਜਿੰਨੇ ਆਪਣੇ ਘੋੜੇ ਹਨ ਜਿੰਨੀ ਆਪਣੀ ਫੌਜ ਹੈ ਸਾਰੀ ਰੁੜ ਜਾਏਗੀ ਦਰਿਆ ਵਿੱਚ, ਸਾਰਾ ਪੰਥ ਖਤਮ ਹੋ ਜਾਏਗਾ, ਇਹ ਤਾਂ ਇੱਕ ਵੀ ਜਾਨ ਨਹੀਂ ਬਚਣ ਲੱਗੀ। ਫਿਰ ਸਿੰਘਾਂ ਨੇ ਸਲਾਹ ਕੀਤੀ, ਹਮਸਿਨ ਆਇਓ ਉਹ ਵਕਤ ਭਾਰਾ, ਸਾਡੇ ਸਿਰ ਉਹ ਸਮਾਂ ਆ ਗਿਆ ਹੈ, ਉਹ ਵਕਤ ਆ ਗਿਆ ਹੈ, ਉਹ ਮਾੜਾ ਸਮਾਂ, ਉਹ ਮੁਸੀਬਤ ਦਾ ਸਮਾਂ ਸਾਡੇ ਤੇ ਆ ਗਿਆ ਹੈ। ਇਕੱਲੇ ਕਿਮ ਡੁੱਬ ਮਰੇ ਦਰਿਆਏ, ਹੁਣ ਸਾਡਾ ਕੋਈ ਚਾਰਾ ਨਹੀਂ ਰਹਿ ਗਿਆ ਗੁਰੂ ਅਕਾਲ ਪੁਰਖ ਤੋਂ ਬਿਨਾਂ, ਹੁਣ ਅਸੀਂ ਸਾਰੇ ਜੇ ਪਾਣੀ ਚ ਵੜਾਂਗੇ ਤੇ ਡੁੱਬ ਕੇ ਮਰ ਜਾਵਾਂਗੇ। ਮਰੋ ਤੁਰਕ ਸੰਗ ਲੈ ਦਸ ਪਾਏ, ਸਿੰਘੋ ਮਰਨਾ ਤਾਂ ਹੁਣ ਹੈ ਹੀ, ਡੁੱਬ ਕੇ ਕਿਉਂ ਮਰੀਏ, ਕਹਿੰਦੇ ਆਪਾਂ ਪਿੱਛੇ ਹੀ ਮੁੜੀਏ, ਲੜਾਂਗੇ ਨਾ, ਜੇ ਅਸੀਂ ਜ਼ਿਆਦਾ ਮਰਾਂਗੇ ਤਾਂ ਥੋੜੇ ਵਾਲੇ ਤਾਂ ਉਹਨਾਂ ਦੇ ਵੀ ਮਾਰਾਂਗੇ, ਦਸ ਵੀ ਤਾਂ ਤੁਰਕ ਵੀ ਮਰਨਗੇ ਹੀ, ਇਸ ਕਰਕੇ ਮਾਰ ਮਾਰ ਕੇ ਮਰੀਏ ਮੈਦਾਨੇ ਜੰਗ ਦੇ ਵਿੱਚ, ਪਾਣੀ ਚ ਡੁੱਬ ਕੇ ਨਾ ਮਰੀਏ। ਤਵੇ ਵਿਚਾਰਿਓ ਖਾਲਸੇ ਆਇਓ ਵੇਲਾ ਸੋਏ, ਸਿੰਘਾਂ ਨੇ ਵਿਚਾਰ ਕੀਤੀ ਵੀ ਹੁਣ ਉਹ ਟਾਈਮ ਆ ਗਿਆ ਜਬ ਆਪ ਕੀ ਔਤ ਨਿਦਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ। ਇੱਕ ਪਾਸੇ ਪਹਾੜ ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਸੀ, ਪਹਾੜੀਆਂ ਨੇ ਕੋਈ ਪੇਸ਼ ਨਹੀਂ ਜਾਣ ਦਿੱਤੀ, ਦੁਸ਼ਮਣ ਨਾਲ ਲੜਨ ਗਏ ਸਨ, ਉਧਰ ਲੜਾਈ ਦੇ ਵਿੱਚ ਵੀ ਪੈਰ ਨਹੀਂ ਖੜ ਸਕੇ। ਫਿਰ ਰਾਵੀ ਜੋ ਪਾਰ ਹੋ ਕੇ ਪਰਾਂ ਨੂੰ ਜਾਣ ਦੀ ਕੋਸ਼ਿਸ਼ ਕੀਤੀ ਸੀ ਪੱਛਮੀ ਵਾਲੇ ਪਾਸੇ ਨੂੰ, ਉਧਰ ਵੀ ਚਾਰਾ ਕੋਈ ਨਹੀਂ ਚੱਲਿਆ। ਹੁਣ ਅਖੀਰ ਅੰਤ ਸਮਾਂ ਹੀ ਸਮਝੋ ਜ਼ਿੰਦਗੀ ਦਾ ਆ ਗਿਆ ਸਿੰਘੋ। ਜੋ ਸ੍ਰੀ ਮੁਖ ਤੇ ਆਖਿਓ ਸਤਿਗੁਰ ਸਨਮੁਖ ਹੋਏ, ਕਹਿੰਦੇ ਇੱਕ ਵਾਰੀ ਸ੍ਰੀ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਖਾਲਸਾ ਪ੍ਰਗਟ ਕੀਤਾ ਹੈ ਉਦੋਂ ਇਹ ਬਚਨ ਕਹੇ ਸਨ। ਜੋ ਪਈ ਸਿੱਧੋ ਮੁਖ ਕਰ ਮਰੇ ਜੋ ਸੂਰਾ, ਵੀ ਜਿਹੜਾ ਸਿੰਘ ਸਿੱਧੇ ਮੂੰਹ ਹੋ ਕੇ ਸਨਮੁਖ ਹੋ ਕੇ ਦੁਸ਼ਮਣ ਦੇ ਲੜ ਕੇ ਮਰੇਗਾ, ਸਵਾ ਲੱਖ ਮੈਂ ਲਿਉਂਗਾ ਪੂਰਾ, ਉਹ ਸਵਾ ਲੱਖ ਸਿੰਘ ਚਾਹੀਦਾ ਮੈਨੂੰ, ਇਹ ਮਹਾਰਾਜ ਦੇ ਬਚਨ ਸੀ ਵੀ ਸਵਾ ਲੱਖ ਸਿੰਘਾਂ ਦੀ ਕੁਰਬਾਨੀ ਲਵਾਂਗਾ, ਕਿਹੜਿਆਂ ਦੀ, ਜਿਹੜੇ ਸਾਹਮਣੇ ਗੋਲੀ ਖਾਣਗੇ ਛਾਤੀ ਵਿੱਚ, ਭੱਜ ਕੇ ਨਹੀਂ, ਭੱਜ ਕੇ ਮਰਨ ਵਾਲੇ ਵੱਖਰੇ ਹੈ, ਜਿਹੜੇ ਸਾਹਮਣੇ ਮੱਥੇ ਜੂਝ ਕੇ ਮਰਨਗੇ, ਜਿਹੜੇ ਦੁਸ਼ਮਣ ਦੇ ਵੱਲ ਅੱਗੇ ਵੱਧ ਕੇ ਲੜਨਗੇ, ਜਦੋਂ ਸਵਾ ਲੱਖ ਸਿੰਘ ਸ਼ਹੀਦ ਹੋ ਜਾਣਗੇ ਤਾਂ ਮੇਰਾ ਖਾਲਸੇ ਦਾ ਰਾਜ ਹੋ ਜਾਏਗਾ। ਤੋਂ ਛਾਡੋ ਤਰ ਪੰਥ ਖਿਆਲ, ਤਾਂ ਮੈਂ ਪੰਥ ਖਾਲਸੇ ਦਾ ਖਿਆਲ ਛੱਡਾਂਗਾ। ਕਰਿਓ ਪਾਸ਼ਾਈ ਫਿਰ ਸੁਖ ਨਾਲ, ਸਿੰਘ ਰਾਜ ਕਰਨਗੇ ਮੈਨੂੰ ਫਿਕਰ ਨਹੀਂ ਰਵੇਗਾ। ਦੋਹਰਾ ਬਚਨ ਕਹਿ ਜੋ ਖਾਲਸੇ ਲੈ ਪੰਥ ਸੋਈ ਮਾਣ, ਜੋ ਮਹਾਰਾਜ ਕਲਗੀਧਰ ਜੀ ਖਾਲਸੇ ਪ੍ਰਤੀ ਬਚਨ ਕਹੇ ਸੀ ਕਿ ਸਵਾ ਲੱਖ ਉਹ ਸਿੰਘ ਸ਼ਹੀਦ ਹੋਏਗਾ ਜਿਹੜਾ ਸਾਹਮਣੇ ਮੱਥੇ ਸ਼ਹੀਦ ਹੋਏਗਾ, ਤਾਂ ਉਹ ਬਚਨ ਸਿੰਘਾਂ ਨੇ ਵਿਚਾਰੇ ਵੀ ਹੁਣ ਉਹ ਟਾਈਮ ਆ ਗਿਆ ਆਪਾਂ ਸਾਹਮਣੇ ਮੱਥੇ ਸ਼ਹੀਦ ਹੋਈਏ,
ਰਾਵੀ ਚ ਨਾ ਡੁੱਬ ਕੇ ਮਰੀਏ। ਚਹੂ ਔਰ ਮੁਖ ਕਰ ਚੜੇ ਮੋੜਿਓ ਮੁਖ ਨਾ ਕਾਣ। ਸਿੰਘਾਂ ਨੇ ਸਾਧ ਸੰਗਤ ਜੀ ਫਿਰ ਤਿਆਰ ਬਰ ਤਿਆਰ ਹੋ ਕੇ ਕਰੜੇ ਪਹਿਰੇ ਕਰਕੇ ਹੱਲਾ ਕੀਤਾ। ਚੌ ਪਈ ਜੋ ਵੱਲ ਪਹਾੜ ਤੇ ਖੜੇ। ਉਸ ਵੇਲੇ ਸਿੰਘਾਂ ਦੇ ਚਾਰ ਪਾਸੇ ਚਾਰ ਮੁਖ ਹੋ ਗਏ ਸਨ। ਕੁਝ ਰਾਵੀ ਪਾਰ ਕਰਨ ਵਾਸਤੇ ਖੜੇ ਸਨ, ਕੁਝ ਪਹਾੜ ਤੇ ਚੜਨ ਨੂੰ ਮੂੰਹ ਕਰਕੇ ਖੜੇ ਸਨ। ਜਿਹੜੇ ਪਹਾੜ ਤੇ ਚੜ ਗਏ, ਹਿੰਮਤ ਕਰ ਪਹਾੜ ਸੋ ਚੜੇ, ਬੜੀ ਮੁਸ਼ਕਲ ਨਾਲ ਬੜੀ ਹਿੰਮਤ ਨਾਲ ਪਹਾੜ ਚੜੇ ਸਨ। ਲਗਭਗ 4,000 ਸਿੰਘਾਂ ਦਾ ਜਥਾ ਜਿਹੜਾ ਉਹ ਪਹਾੜਾਂ ਨੂੰ ਗਿਆ ਸੀਗਾ। ਅੱਗੇ ਖੜੀ ਪਹਾੜ ਸਿਪਾਹ, ਪਰ ਅੱਗੇ ਪਹਾੜੀਏ ਪਹਾੜੀ ਫੌਜ ਉਹਨਾਂ ਨੂੰ ਮਾਰਨ ਲਈ ਖੜੀ ਸੀ। ਜੋ ਦੇਵੇ ਨਹੀਂ ਸਿੰਘਨ ਰਾਹ, ਉਹ ਪਹਾੜੀਏ ਸਿੰਘਾਂ ਨੂੰ ਰਸਤਾ ਨਹੀਂ ਸੀ ਦੇ ਰਹੇ ਅੱਗੇ ਲੰਘਣ ਦਾ। ਮਾਰੇ ਪਾਥਰ ਇੱਟਨ ਬੰਦੂਕ, ਉਹ ਸਿੰਘਾਂ ਨੂੰ ਪਹਾੜਾਂ ਤੋਂ ਪੱਥਰ ਇੱਟਾਂ ਗੋਲੀਆਂ ਮਾਰਦੇ ਸਨ। ਆਵੇ ਤੋਪਨ ਗੋਲ ਸੋ ਕੂਕ, ਔਰ ਉੱਤੋਂ ਪਹਾੜੀ ਰਾਜਿਆਂ ਦੀਆਂ ਤੋਪਾਂ ਦੇ ਗੋਲੇ ਵੀ ਪੈਣ ਲੱਗ ਪਏ ਸਿੰਘਾਂ ਨੂੰ। ਜਹਾਂ ਲਗੇ ਤਨ ਜਾਵੇ ਟੂਟ, ਜਿੱਥੇ ਪਹਾੜੀਆਂ ਦੀਆਂ ਤੋਪਾਂ ਦੇ ਗੋਲੇ ਲੱਗਦੇ ਸਿੰਘਾਂ ਦੇ ਤਨ ਹੱਡੀਆਂ ਟੁੱਟ ਜਾਂਦੀਆਂ। ਅੱਗੇ ਸਿਪਾਹੀ ਖੜੇ ਰਾਜਪੂਤ, ਅੱਗੇ ਰਾਜਪੂਤ ਪਹਾੜੀਏ ਸਿੰਘਾਂ ਨੂੰ ਰੋਕ ਕੇ ਖੜੇ ਹਨ। ਦੋਹਰਾ ਉਹ ਸਿੰਘਾਂ ਨੇ ਜੋਸ ਕਰ ਇੱਕ ਲਿਓ ਮੋਰਚੋ ਮਾਰ। ਫਿਰ ਵੀ ਸਿੰਘਾਂ ਨੇ ਜ਼ੋਰ ਪਾ ਕੇ ਪਹਾੜ ਦਾ ਇੱਕ ਮੋਰਚਾ ਮਾਰ ਲਿਆ, ਇੱਕ ਥਾਂ ਤੇ ਰਾਹ ਬਣਾ ਲਿਆ। ਹਾਂਜੀ, ਉਹ ਆਏ ਬਹੁਤੇ ਪੜੇ ਹੁੰਦੀਏ ਫਿਰ ਉਤਾਰ। ਉਹ ਪਹਾੜੀਏ ਹੈ ਤਾਂ ਬਹੁਤ ਸਨ, ਪਰ ਸਿੰਘਾਂ ਨੇ ਉਹਨਾਂ ਦਾ ਜਿਹੜਾ ਜੋਸ਼ ਸੀ ਠੰਡਾ ਪਾ ਦਿੱਤਾ। ਚੌ ਪਈ ਤੋ ਸਿੰਘਨ ਫਿਰ ਕਿਉਂ ਉਪਾਉ, ਫਿਰ ਸਿੰਘਾਂ ਨੇ ਉਪਾ ਕੀਤਾ। ਤੱਕਿਓ ਉਪਰ ਚੜਨ ਕੋ ਦਾਉ, ਪਹਾੜ ਦੇ ਉਪਰ ਜਾਣ ਦਾ ਰਸਤਾ ਬਣਾ ਲਿਆ। ਲੁਕੇ ਪਹਾੜ ਜੜਨ ਮੈਂ ਤਾਏ, ਉਹ ਸਿੰਘ ਜਾ ਕੇ ਪਹਾੜਾਂ ਦੀਆਂ ਕੰਧਰਾਂ ਵਿਚ, ਕਿਉਂਕਿ ਘਰਾਂ ਚ ਤਾਂ ਕਿਹਨੇ ਵੜਨ ਦੇਣਾ ਸੀਗਾ, ਉਥੇ ਪਹਾੜ ਦੀਆਂ ਕੰਧਰਾਂ ਚ ਠੰਡ ਬੜੀ ਹੁੰਦੀ, ਪਹਾੜਾਂ ਵਿਚ ਕੱਪੜਾ ਕੋਈ ਹੈ ਨਹੀਂ ਸੀ। ਬੜੀ ਮੁਸ਼ਕਲ ਉਥੇ ਵੀ ਜਾ ਕੇ ਪਹਾੜਾਂ ਦੀਆਂ ਖੱਡਾਂ ਵਿੱਚ ਸਿੰਘਾਂ ਨੇ ਪੱਥਰਾਂ ਦੇ ਥੱਲੇ ਟਾਈਮ ਪਾਸ ਕੀਤਾ। ਖੋਦ ਮਿੱਟੀ ਲੁਕਣ ਕੀਓ ਥਾਏ, ਮਿੱਟੀ ਖੋਦ ਕੇ ਤੇ ਉੱਥੇ ਆਪਣੇ ਘੁਰਨੇ ਬਣਾ ਲਏ, ਜਿਵੇਂ ਸ਼ੇਰਾਂ ਦੇ ਘੁਰਨੇ ਹੁੰਦੇ ਆ ਨਾ, ਏਦਾਂ ਸਿੰਘਾਂ ਨੇ ਮਿੱਟੀ ਖੋਦ ਖੋਦ ਕੇ ਪਹਾੜਾਂ ਦੇ ਵਿੱਚ ਤੇ ਉੱਥੇ ਆਪਣਾ ਰਾਤ ਨੂੰ ਠੰਡ ਤੋਂ ਬਚਣ ਦਾ ਹੀਲਾ ਕੀਤਾ। ਜਿਮਸਰ ਲੁਕੇ ਸੋ ਉਪਰ ਵਾਏ, ਜਿਵੇਂ ਸਿਰ ਲੁਕ ਜਾਵੇ, ਇੰਨੀ ਕੁ ਥਾਂ ਵਿਚਾਰੇ ਸਿੰਘ ਬਣਾ ਬਣਾ ਕੇ ਨਾ ਘੁਰਨੇ ਬਣਾ ਕੇ ਪਹਾੜਾਂ ਚ ਰਹੇ, ਕਿੰਨਾ ਸਮਾਂ ਮਾੜਾ ਸੀਗਾ ਸਾਧ ਸੰਗਤ। ਤਿਸ ਬਿਦ ਮਿੱਟੀ ਸਿੰਘਨ ਪੁਟਾਏ, ਉਦਾਂ ਸਿੰਘਾਂ ਨੇ ਮਿੱਟੀ ਪੁੱਟੀ ਜਿੰਨੇ ਕੁ ਉਹਨਾਂ ਦੇ ਸਿਰ ਢੁੱਕਣ ਜੋਗੇ, ਯਾਨੀ ਉੱਪਰੋਂ ਮਿੱਟੀ ਡਿੱਗ ਵੀ ਨਾ ਪਵੇ। ਕਈ ਵਾਰੀ ਏਦਾਂ ਹੁੰਦਾ ਵੀ ਕੱਚੀ ਮਿੱਟੀ ਪਹਾੜ ਢਿੱਗ ਥੱਲੇ ਬਹਿ ਜਾਂਦੀ ਹੈ, ਉਹ ਜਗ੍ਹਾ ਦੇਖ ਕੇ ਵੀ ਇੱਥੇ ਮਿੱਟੀ ਦਾ ਘੁਰਨਾ ਬਣਾਵਾਂਗੇ ਕਾਮਯਾਬ ਹੋਵੇਗਾ ਕਿ ਨਹੀਂ। ਬੜੀ ਮੁਸ਼ਕਲ ਸਿੰਘਾਂ ਨੇ ਉਹ ਬਣਾਏ ਘੁਰਨੇ ਤੇ ਮਿੱਟੀ ਦੇ ਘੁਰਨਿਆਂ 'ਚ ਪਹਾੜਾਂ ਵਿੱਚ ਟਾਈਮ ਕੱਟਿਆ। ਕਰਦਨ ਛੁਰੀਆਂ ਸਾਧ ਕਟਾਰੀ, ਕਰਦਾਂ ਛੁਰੀਆਂ ਕਟਾਰਾਂ ਜਿਹੜੇ ਗਾਤਰੇ ਦੇ ਸ਼ਸਤਰ ਸੀ ਉਹਨਾਂ ਨਾਲ ਹੀ ਮਿੱਟੀ ਖੁਰਚਦੇ ਰਹੇ। ਨੇਜਨ ਬਰਛਨ ਸੰਗ ਤਲਵਾਰੀ, ਬਰਛਿਆਂ ਤਲਵਾਰਾਂ ਨਾਲ ਆਪਣੇ ਨੇਜਿਆਂ ਨਾਲ ਮਿੱਟੀ ਖੁਰਚੀ। ਕਈਆਂ ਉਹਨਾਂ ਕੋਲ ਥੋੜਾ ਸਨ, ਕੋਈ ਕੁਦਾਲੇ ਥੋੜਾ ਸਨ, ਉਹ ਤਾਂ ਗਾਤਰੇ ਦੇ ਸ਼ਸਤਰ ਹੀ ਸਨ। ਸ਼ਸਤਰਾਂ ਨਾਲ ਮਿੱਟੀ ਖੁਰਚ ਖੁਰਚ ਕੇ ਆਪਣੇ ਘੁਰਨੇ ਘਰ, ਜਿਵੇਂ ਸ਼ੇਰਾਂ ਨੇ ਬਣਾਏ ਹੁੰਦੇ ਨਾ ਪਹਾੜਾਂ ਵਿੱਚ ਗੁਫਾਵਾਂ,
ਇੱਦਾਂ ਸਿੰਘਾਂ ਨੇ ਬਣਾਈਆਂ। ਕਿਸੇ ਨੇ ਮਿੱਟੀ ਖੋਦ ਕੇ ਤੇ ਕਿਸੇ ਨੇ ਪੱਥਰਾਂ ਦੀ ਗੁਫਾ ਦੇ ਵਿੱਚ ਹੀ ਆਸਣ ਲਾ ਲਿਆ। ਦੋਹਰਾ ਖੈਰ ਥਾਉ ਭਗਤ ਰਨ ਕਰ ਕੀਨੋ ਸਿੰਘਣ ਜੋਰ। ਸਾਧ ਸੰਗਤ ਜੀ ਪੈਰ ਧਰਨ ਦੀ ਥਾਂ ਬਣਾਈ ਬੜੇ ਜ਼ਬਰਦਸਤੀ, ਉਹ ਵੀ ਪਹਾੜੀ ਕਿੱਥੇ ਟਿਕਣ ਦਿੰਦੇ ਸਨ, ਜੰਗਲਾਂ ਦੇ ਵਿੱਚ ਜਿੱਥੇ ਬਹੁਤ ਭਿਆਨਕ ਜੰਗਲ ਜਾਨਵਰ ਰਹਿੰਦੇ, ਸ਼ੇਰ ਚੀਤੇ ਜਾਂ ਕਹਿ ਲਓ ਰਿੱਛ, ਉੱਥੇ ਸਿੰਘਾਂ ਨੂੰ ਰਾਤਾਂ ਕੱਟਣੀਆਂ ਪਈਆਂ ਤੇ ਦਿਨ ਕੱਟਣੇ ਪਏ। ਜਾਏ ਚੜੇ ਤੇ ਥਾਂ ਖੜੇ ਅੜੇ ਪਿੜੇ ਤਿੰਨ ਕੋਰ। ਲੜਾਈ ਪਹਾੜੀਆਂ ਨਾਲ ਰੋਜ਼ ਹੁੰਦੀ ਸੀ, ਰੋਜ਼ ਖੜਕਦਾ ਸੀ ਖੰਡਾ, ਕਦੀ ਕਿਤੇ ਕਦੀ ਕਿਤੇ। ਹਾਂਜੀ, ਤਬ ਪਹਾੜੀਏ ਐਕਰ ਸ਼ੋਰ। ਪਹਾੜੀਏ ਸ਼ੋਰ ਮਚਾ ਮਚਾ ਕੇ ਆਏ ਉਹਨਾਂ ਸਿੰਘਾਂ ਨੂੰ ਮਾਰਨ ਖਤਮ ਕਰਨ। ਮਗਰੇ ਕੀਨੋ ਸਿੰਘਣ ਜੋਰ। ਸਿੰਘਾਂ ਨੇ ਵੀ ਪੂਰਾ ਜ਼ੋਰ ਪਾ ਕੇ ਰਸਤਾ ਬਣਾਇਆ। ਸਿੰਘਣ ਹੱਥੋਂ ਸ਼ਸਤਰ ਛੁੱਟੇ, ਸਿੰਘਾਂ ਦੇ ਹੱਥੋਂ ਸ਼ਸਤਰ ਛੁੱਟ ਗਏ, ਭਾਵ ਸਿੰਘ ਬਹੁਤ ਲਾਚਾਰ ਹੋਏ। ਲਗੇ ਪ੍ਰਤੀਪਨ ਫੇਰੇ ਅਪੁੱਠੇ, ਕਹਿੰਦੇ ਪਹਾੜੀਏ ਜਿਹੜੇ ਸਨ ਉਹ ਸਿੰਘਾਂ ਨੂੰ ਪੁੱਠੇ ਪੈ ਗਏ। ਗੈਲ ਸੋ ਸਿੰਘਣ ਬਹੁਤ ਦਬਾਈ, ਸਿੰਘਾਂ ਨੇ ਵੀ ਫਿਰ ਹੱਲਾ ਕਰਕੇ ਉਹਨਾਂ ਦਾ ਪਿੱਛਾ ਕੀਤਾ। ਯਾਨੀ ਕਈ ਥਾਵਾਂ ਦਾ ਦੱਸ ਰਹੇ ਨੇ ਕਵੀ ਜੀ, ਕਿਤੇ ਸਿੰਘਾਂ ਦਾ ਜ਼ੋਰ ਪੈ ਰਿਹਾ, ਕਿਤੇ ਪਹਾੜੀਆਂ ਦਾ ਪੈ ਰਿਹਾ, ਕਿਤੇ ਵਿਚਾਰੇ ਸਿੰਘ ਔਖਾ ਟਾਈਮ ਕੱਟ ਰਹੇ ਨੇ। ਵੱਖਰੀ ਵੱਖਰੀ ਥਾਵਾਂ ਦੇ ਪਹਾੜਾਂ ਦੇ ਵਿੱਚ ਏਦਾਂ ਦੀਆਂ ਘਟਨਾਵਾਂ ਵਾਪਰੀਆਂ ਜਿਹੜੀਆਂ ਉਹਨਾਂ ਸਿੰਘਾਂ ਨੇ ਬਾਅਦ 'ਚ ਆ ਕੇ ਪਹਾੜਾਂ ਤੋਂ ਉੱਤਰ ਕੇ ਸੁਣਾਈਆਂ, ਉਹ ਹੀ ਭਾਈ ਰਤਨ ਸਿੰਘ ਜੀ ਕੋਲ ਪਹੁੰਚੀਆਂ ਨੇ। ਉਹ ਸੁਣੀਆਂ ਗੱਲਾਂ ਹੀ ਉਹ ਲਿਖ ਰਹੇ ਨੇ ਬਜ਼ੁਰਗਾਂ ਤੋਂ ਵੀ ਏਦਾਂ ਏਦਾਂ ਦਾ ਟਾਈਮ ਉੱਥੇ ਪਾਸ ਕੀਤਾ ਸੀ ਪਹਾੜਾਂ ਦੇ ਵਿੱਚ। ਲਿਓ ਸੋ ਟਿੱਬਾ ਸਿੰਘਣ ਛੁਡਾਈ, ਬੜੀ ਮੁਸ਼ਕਲ ਨਾਲ ਟਿੱਬਾ ਸੀ ਪਹਾੜੀਆਂ ਦੇ ਕਬਜ਼ੇ ਜੋ ਸਿੰਘਾਂ ਨੇ ਛੁਡਾ ਲਿਆ। ਜੋ ਸ਼ਹਿਜਾਦੇ ਚੜੇ ਉਤਾਹੀ, ਕੋਈ ਸ਼ਹਿਜਾਦੇ ਉੱਪਰ ਚੜੇ ਹੋਣ, ਘੋੜੇ ਉਣਕੇ ਚੜੇ ਸੋ ਨਾਹੀ। ਜਿਹੜੇ ਸਾਧ ਸੰਗਤ ਜੀ, ਸ਼ਹਿਜਾਦੇ ਦਾ ਸਿੰਘਾਂ ਦੀ ਬੋਲੀ ਦੇ ਵਿੱਚ ਹੁੰਦਾ ਪੈਦਲ, ਜਿਵੇਂ ਆਪਣੇ ਖਾਲਸੇ ਦੇ ਬੋਲੇ ਹੈ ਨਾ, ਘੋੜੇ ਨੂੰ ਅਰਾਕਾ ਕਹਿੰਦੇ ਆ, ਇਕੱਲੇ ਨੂੰ ਸਵਾ ਲੱਖ ਕਹਿੰਦੇ ਆ, ਇੱਕ ਅੱਖ ਵਾਲੇ ਨੂੰ ਲੱਖ ਨੇਤਰਾ ਕਹਿੰਦੇ ਆ, ਜਿਹਦੀ ਸਿਰ ਦੇ ਕੇਸ ਨਾ ਹੋਣ ਉਹਨੂੰ ਕਲਗਾ ਸਿੰਘ ਕਹਿੰਦੇ ਆ, ਜਿਹਦੀ ਇੱਕ ਬਾਂਹ ਹੋਏ ਉਹਨੂੰ ਲੱਖ ਬਾਂਹਾਂ ਕਹਿੰਦੇ, ਜਿਹਦੀ ਇੱਕ ਲੱਤ ਵੱਡੀ ਉਹਨੂੰ ਸੁਚਾਲਾ ਸਿੰਘ ਕਹਿੰਦੇ ਆ, ਅਤੇ ਜਿਹਦੇ ਘੋੜਾ ਨਾ ਹੋਵੇ ਉਹਨੂੰ ਸਹਿਜਾਦਾ ਕਹਿੰਦੇ ਆ। ਕਹਿੰਦੇ ਸਹਿਜਾਦਾ ਹੈ, ਯਾਨੀ ਬਾਦਸ਼ਾਹ ਦਾ ਲਾੜਾ ਹੈ ਜੋ ਆਈ ਹੈ ਬਾਦਸ਼ਾਹ ਦਾ, ਇਹ ਬੋਲੀ ਸਿੰਘਾਂ ਦੀ। ਸਹਿਜਾਦੇ ਜਿਹੜੇ ਸੀ ਉਹ ਤਾਂ ਚੜ ਗਏ ਪਹਾੜਾਂ ਤੇ ਦੌੜ ਕੇ, ਜਿਹੜੇ ਘੋੜਿਆਂ ਵਾਲੇ ਸੀ ਉਹਨਾਂ ਨੂੰ ਚੜ੍ਹਨਾ ਔਖਾ ਹੋ ਗਿਆ ਪਹਾੜਾਂ ਤੇ। ਹਾਂਜੀ, ਚਾੜੇ ਕਰਾਹੋ, ਕਹਿੰਦੇ ਉਹਨਾਂ ਨੇ ਹੋਰ ਰਸਤਾ ਵੇਖਿਆ ਪਰ ਰਸਤਾ ਕੋਈ ਪਹਾੜ ਨੂੰ ਲੱਭੇ ਕੋਈ ਨਾ। ਦਰਿਆਓ ਕਰਤ ਥਾਂ ਜਿੱਤ ਵੱਲ ਟਾਹੋ, ਜਿੱਧਰ ਦਰਿਆ ਨੇ ਢਾਲ ਆਈ ਹੋਈ ਸੀ। ਸਤਰ ਸਿਉ ਤੇ ਰਾਹ ਖੁਦਾਇਆ, ਉਧਰ ਫਿਰ ਸਿੰਘਾਂ ਨੇ ਆਪਣੇ ਬਰਛਿਆਂ ਨਾਲ ਰਾਹ ਪੱਟ ਪੱਟ ਕੇ ਬਣਾਏ, ਵੀ ਪਹਾੜ ਘੋੜੇ ਚੜਾਣੇ ਸੀ ਉੱਤੇ ਤੇ ਉਹ ਜਿਹੜੀ ਜਿਹਦੀ ਔਖੀ ਥਾਂ ਹੁੰਦੀ ਸੀ ਉਹਨੂੰ ਮਾਰ ਕੇ ਬਰਛੀਆਂ ਤੇ ਉਹ ਮਿੱਟੀ ਮਾੜੀ ਮੁੜੀ ਪਰਾਂ ਕਰਦੇ ਘੋੜੇ ਦੇ ਪੈਰ ਧਰਨ ਨੂੰ ਥਾਂ ਬਣਾਉਂਦੇ ਸੀਗੇ। ਘੋੜੇ ਕੋਏ ਤੇ ਚਰਨ ਰਖਾਇਆ, ਮਾੜੀ ਮੋਟੀ ਥਾਂ ਪੱਧਰੀ ਕਰਨੀ ਉੱਤੇ ਬੈਠਿਆ ਹੀ ਬਰਛੇ ਨਾਲ, ਜਾਂ ਥੱਲੇ ਉੱਤਰ ਜਾਣਾ ਘੋੜੇ ਤੋਂ ਤੇ ਘੋੜੇ ਨੂੰ ਵੀ ਨਾਲ ਲੈ ਕੇ ਜਾਣਾ, ਪਰਛੇ ਨਾਲ ਆਪਣੀ ਥਾਂ ਕਰਕੇ ਘੋੜੇ ਦੇ ਪੈਰ ਧਰਨ ਜੋਗੀ ਤੇ ਉੱਪਰ ਫਿਰ ਅੱਗੇ ਜਾਣਾ, ਫਿਰ ਦਿੱਕਤ ਆ ਜਾਣੀ। ਏਦਾਂ ਸਿੰਘ ਘੋੜਿਆਂ ਨੂੰ ਲੈ ਕੇ ਪਹਾੜ ਦੇ ਉੱਤੇ ਚੜ ਰਹੇ ਸਨ। ਕੋਈ ਬਚੇ ਕੋਈ ਗਿਰ ਜਾਵੇ, ਕੋਈ ਸਿੰਘ ਤੇ ਬਚ ਜਾਂਦਾ ਸੀ ਤੇ ਕੋਈ ਸਾਧ ਸੰਗਤ ਜੀ ਖੱਡ ਵਿੱਚ ਸਣੇ ਘੋੜੇ ਦੇ ਜਾ ਪੈਂਦਾ ਸੀ। ਗਿਰੇ ਤਾਂ ਸੋ ਦਰਿਆ ਡੁਬਾਵੇ, ਥੱਲੇ ਦਰਿਆ ਬੜਾ ਡੂੰਘਾ ਵਗ ਰਿਹਾ ਸੀ, ਰਾਵੀ ਜਿਹੜਾ ਡਿੱਗਦਾ ਸੀ ਰਾਵੀ ਦੇ ਵਿੱਚ ਡਿੱਗਦਾ ਸੀ, ਨਾ ਘੋੜਾ ਲੱਭਦਾ ਸੀ
ਨਾ ਸਿੰਘ ਦੀ ਲਾਸ਼ ਲੱਭਦੀ ਸੀ। ਮਿਲੇ ਨਾ ਪਿਛਲਾ ਨਾ ਫਿਰ ਸੋ ਅਗਲੇ, ਪਿਛਲਿਆਂ ਨੂੰ ਅਗਲੇ ਨੀ ਮਿਲੇ, ਅਗਲਿਆਂ ਨੂੰ ਪਿਛਲੇ ਨੀ ਮਿਲੇ। ਜਿਹੜਾ ਜਿੱਥੇ ਫਸ ਗਿਆ ਫਸ ਗਿਆ, ਜਿਹੜਾ ਟੱਪ ਗਿਆ ਟੱਪ ਗਿਆ, ਜਿਹੜਾ ਰੁੜ ਗਿਆ ਰੁੜ ਗਿਆ। ਕੋਈ ਕਿਸੇ ਦੀ ਉਸ ਵੇਲੇ ਬਾਤ ਨਹੀਂ ਸੀ ਪੁੱਛ ਰਿਹਾ, ਐਸੀ ਹਾਲਾਤ ਬਣ ਗਈ ਸੀ। ਜਿੱਤ ਗਏ ਸੇ ਤਿਤ ਗਏ ਸੋ ਵਗਲੇ, ਜਿਹੜੇ ਜਿੱਧਰ ਜਿੱਧਰ ਗਏ ਸਿੰਘ, ਕਈ ਰੁੜ ਗਏ ਕਈ ਪਾਰ ਲੰਘ ਗਏ, ਕਈ ਸ਼ਹੀਦ ਹੋ ਗਏ ਪਹਾੜੀਆਂ ਨਾਲ ਲੜ ਕੇ। ਅੱਗੇ ਲੰਘਣ ਕੀ ਜਗ੍ਹਾ ਨਾ ਪਈਏ, ਸਾਧ ਸੰਗਤ ਜੀ ਅੱਗੇ ਲੰਘਣ ਦੀ ਉਸ ਵੇਲੇ ਕੋਈ ਥਾਂ ਨਹੀਂ ਸੀ, ਕਿਉਂਕਿ ਘਾਟਾ ਬਹੁਤ ਖਤਰਨਾਕ ਸੀਗਾ। ਭਾਈ ਸਾਹਿਬ ਲਿਖਦੇ ਥੱਲੇ ਰਾਹ ਵੀ ਵਗ ਰਹੀ ਸੀ, ਜਿਹੜੇ ਪਾਸਿਓਂ ਰਸਤਾ ਸੀ ਉਹ ਪਹਾੜੀਆਂ ਨੇ ਰੋਕਿਆ ਹੋਇਆ ਸੀ, ਅਤੇ ਪੈਦਲ ਵਾਲੇ ਤਾਂ ਉੱਧਰ ਚੜ੍ਹ ਗਏ ਸਨ, ਜਿਹੜੇ ਘੋੜਿਆਂ ਵਾਲੇ ਸਨ ਉਹਨਾਂ ਦਾ ਦੂਸਰਾ ਰਸਤਾ ਉਹਨਾਂ ਨੇ ਬਣਾਇਆ ਬੜੀ ਮੁਸ਼ਕਲ ਨਾਲ। ਉਹਦੇ ਵਿੱਚ ਘੋੜੇ ਬਹੁਤ ਸਾਰੇ ਸ਼ਹੀਦ ਹੋ ਗਏ ਅਤੇ ਸਿੰਘ ਵੀ ਸ਼ਹੀਦ ਹੋ ਗਏ। ਪਿੱਛੇ ਅੱਗੇ ਤਿਬੇ ਤਾਂ ਪਲਟਣਾ ਜਾਈਏ, ਸਾਧ ਸੰਗਤ ਜੀ ਹੁਣ ਪਿੱਛੇ ਮੁੜਨ ਦਾ ਵੀ ਰਾਹ ਕੋਈ ਨੀ ਰਹਿ ਗਿਆ ਤੇ ਅੱਗੇ ਜਾਣ ਦਾ ਵੀ। ਭਾਈ ਭੀੜ ਬੋ ਪਰ ਗਏ ਰਾਹੂ, ਬੜੀ ਭੀੜ ਹੋ ਗਈ ਉੱਥੇ, ਰਾਹ ਭਰ ਗਿਆ। ਯਾਨੀ ਜਿਹੜੇ ਅੱਗੇ ਜਾ ਰਹੇ ਸੀ ਉਹ ਕਹਿੰਦੇ ਪਿੱਛੇ ਮੁੜੀਏ, ਉਹ ਪਿੱਛੇ ਕਿਵੇਂ ਮੁੜਨਾ, ਪਿੱਛੇ ਹੋਰ ਘੋੜੇ ਖੜੇ ਹੈ, ਰਸਤਾ ਇੰਨਾ ਸਾਰਾ ਹੈ, ਜੇ ਪਿੱਛੇ ਮੁੜਨ ਨੂੰ ਘੋੜਾ ਮੋੜਨ ਦੀ ਵੀ ਥਾਂ ਕੋਈ ਨਹੀਂ। ਇਹੋ ਜਿਹੀ ਥਾਂ ਸੀ ਵੀ ਘੋੜਾ ਮੋੜ ਕੇ ਜੇ ਪਿਛਾ ਨੂੰ ਮੂੰਹ ਕਰਨਾ ਹੋਵੇ ਤਾਂ ਵੀ ਘੋੜਾ ਨਦੀ 'ਚ ਡਿੱਗਣ ਦਾ ਖਤਰਾ ਸੀਗਾ। ਤਿਲਕੇ ਫਿਲਕੇ ਡੁੱਬੇ ਦਰਿਆ ਹੂੰ, ਉਹ ਸਿੰਘ ਦੱਸਦੇ ਆ ਵੀ ਇਸੇ ਜਿਹੀ ਥਾਂ 'ਤੇ ਅਸੀਂ ਗਏ ਵੀ ਜਿੱਥੇ ਜੇ ਮਾੜਾ ਜਿਹਾ ਪੈਰ ਤਿਲਕਦਾ ਸੀ ਘੋੜੇ ਦਾ ਜਾਂ ਜਵਾਨ ਦਾ, ਅਤੇ ਸਿੱਧਾ ਸਣੇ ਘੋੜਾ ਦਰਿਆ ਵਿੱਚ ਡਿੱਗਦਾ ਸੀ। ਉਹ ਡਿੱਗਦਾ ਵੀ ਬਹੁਤ ਉੱਚਾਈ ਤੋਂ, ਉੱਤੋਂ ਕੋਈ 100 ਫੁੱਟ ਉੱਚਾ ਟਿੱਬਾ ਸੀਗਾ, 200 ਫੁੱਟ ਉੱਥੋਂ ਫਿਰ ਘੋੜਾ ਵੀ ਡਿੱਗਣਾ, ਅਤੇ ਪਾਣੀ ਦੇ ਵਿੱਚ ਨਾ ਬੰਦੇ ਨੇ ਲੱਭਣਾ ਨਾ ਘੋੜੇ ਨੇ। ਹਾਂਜੀ, ਦੋਹਰਾ ਅਗਲੇ ਕਹਿ ਪਿਛਲੇ ਭਲੇ, ਪਿਛਲੇ ਅਗਾਂਹ ਤਕਾਹੇ। ਆਪਸ ਵਿਚਾਰੇ ਸੋਚਦੇ ਹੋਣੇ, ਅਗਲੇ ਸੋਚਦੇ ਪਿਛਲੇ ਠੀਕ ਹੋਣਗੇ, ਪਿਛਲੇ ਸੋਚਦੇ ਅਗਲੇ ਸੁਖੀ ਹੋਣਗੇ, ਪਰ ਸੁਖੀ ਕੋਈ ਵੀ ਨਹੀਂ ਸੀਗਾ। ਜਿਹੜੇ ਅੱਗੇ ਚੜ੍ਹ ਕੇ ਪਹਾੜ ਨੂੰ, ਉਹ ਪਹਾੜਾਂ 'ਚ ਮਾੜੇ ਮਾਰੇ ਗਏ, ਜਿਹੜੇ ਪਿੱਛੇ ਉਹ ਇਹ ਸੋਚਦੇ ਰਹੇ ਵੀ ਸ਼ਾਇਦ ਉਹ ਤਾਂ ਲੰਘ ਗਏ ਹੋਣਗੇ। ਇੱਦਾਂ ਦੀ ਹਾਲਤ ਬਣ ਗਈ। ਕਹੋ ਕਿਸੇ ਨਾ ਕਹਿ ਸਕੈ ਲੱਗੇ ਰਾਤ ਜਾਏ, ਇਹੋ ਜਿਹੇ ਰਸਤੇ 'ਚ ਫਸ ਗਏ ਸਿੰਘ, ਇਹੋ ਜਿਹੀਆਂ ਮੁਸੀਬਤਾਂ 'ਚ ਫਸ ਗਏ, ਕੋਈ ਕਿਸੇ ਨੂੰ ਦੱਸਣ ਜੋਗਾ ਨਹੀਂ ਸੀ ਵੀ ਇੱਥੋਂ ਭਾਈ ਬਚਾ ਕਰ ਲਿਆ ਜੇ, ਕੋਈ ਕਿਤੇ ਕੋਈ ਕਿਤੇ ਖਿੰਡ ਪੁੰਡ ਗਏ। ਚੋ ਬਈ ਰਿਜਕ ਖਾਣ ਕੀ ਕੌਣ ਚਲਾਵੇ, ਉਸ ਰੋਟੀ ਦੀ ਤੇ ਗੱਲ ਕਿਆ ਸੀ, ਜਾਨ ਦੇ ਲਾਲੇ ਪੈ ਗਏ, ਰੋਟੀ ਦੀ ਤੇ ਕਿਸੇ ਨੂੰ ਚੇਤਾ ਵੀ ਨਹੀਂ ਵੀ ਰੋਟੀ ਕਦੀ ਮਿਲੇਗੀ ਕਿ ਨਹੀਂ ਮਿਲੇਗੀ। ਪਾਣੀ ਪੀਣੋ ਨਾ ਬਣ ਆਵੇ, ਕਹਿੰਦੇ ਰੋਟੀ ਦੀ ਤੇ ਕਿਆ ਗੱਲ ਹੈ, ਪਾਣੀ ਦਾ ਘੁੱਟ ਵੀ ਮਿਲਿਆ ਕਈ ਦਿਨ ਹੋ ਗਏ ਸਨ। ਪਰ ਕਿਸ ਕਲਾ ਸੋ ਤਰੀ ਸਰੀਰ, ਪਰ ਭਾਈ ਰਤਨ ਸਿੰਘ ਜੀ ਕਹਿੰਦੇ ਕੋਈ ਕਲਾ ਸੀਗੀ ਜਿਹੜੀ ਉਹਨਾਂ ਨੂੰ ਲਈ ਫਿਰਦੀ ਸੀਗੀ, ਉਹ ਕੋਈ ਕਲਾ ਗੈਬੀ ਕਲਾ ਸੀ ਜਿਸ ਨੂੰ ਦੁਨੀਆਂ ਨਹੀਂ ਸਮਝ ਸਕਦੀ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਦੇ ਅੰਮ੍ਰਿਤ ਦੀ ਸ਼ਕਤੀ ਸੀ। ਗਿਰੇ ਨਾ ਚੱਲਣੋ ਤਰੇ ਸੋ ਤੀਰ, ਉਹ ਤੁਰੀ ਜਾਂਦੇ ਸੀਗੇ, ਭਾਵੇਂ ਉਹਨਾਂ ਦੇ ਸਰੀਰ 'ਚ ਜਾਨ ਕੋਈ ਨਹੀਂ ਸੀ, ਰੋਟੀ ਖਾਧਿਆਂ ਨੂੰ ਪਾਣੀ ਪੀਤਿਆਂ ਨੂੰ ਬਹੁਤ ਟਾਈਮ ਹੋ ਗਿਆ ਸੀ, ਪਰ ਉਹ ਤੁਰੀ ਜਾਂਦੇ ਸੀ, ਹੌਸਲਾ ਰੱਖ ਕੇ ਪਹਾੜੀਆਂ ਦੀ ਚੜ੍ਹਾਈ ਚੜ੍ਹੀ ਜਾ ਰਹੇ ਸਨ। ਕਈ ਦਿਨ ਕੇ ਭੁੱਖੇ ਸਿੱਖ, ਕਈ ਦਿਨਾਂ ਦੇ ਭੁੱਖੇ ਸਨ ਉਹ ਸਿੱਖ,
ਕਈ ਦਿਨਾਂ ਤੋਂ ਉਹਨਾਂ ਨੇ ਕੁਛ ਅੰਨ ਪਾਣੀ ਖਾਧਾ ਨਹੀਂ ਸੀ। ਮੰਗਤ ਉਹਨੇ ਲੱਭੈ ਭਿੱਖ, ਅੱਜ ਐਸੀ ਹਾਲਤ ਸੀ ਜੋ ਕਿਸੇ ਨੂੰ ਮੰਗਣ ਵੀ ਤੇ ਮੰਗਿਆ ਵੀ ਕੋਈ ਰੋਟੀ ਉਹਨਾਂ ਨੂੰ ਨਹੀਂ ਸੀ ਦੇ ਕੇ ਰਾਜੀ। ਸਗਵਾ ਮਾਰੈ ਦੇਖ ਸੋ ਥਾਂ, ਬਲਕਿ ਜਿਹੜਾ ਕੋਈ ਸਿੰਘ ਰੋਟੀ ਪਹਾੜੀਆਂ ਤੋਂ ਮੰਗਦਾ ਸੀ ਤੇ ਅੱਗੋਂ ਮਾਰਨ ਪੈ ਜਾਂਦੇ ਸਨ। ਪਾਏ ਰਸੇ ਦੋਏ ਤੁਰਕਣ ਫੜਾਏ, ਔਰ ਰੱਸੇ ਬੰਨ ਕੇ ਸਿੱਖਾਂ ਨੂੰ ਰਸਿਆਂ ਚ ਤੇ ਪਿੰਡਾਂ ਵਾਲੇ ਪਹਾੜੀਏ ਤੁਰਕਾਂ ਨੂੰ ਫੜਾ ਦਿੰਦੇ ਸਨ। ਦੋਹਰਾ ਮਾਰਤ ਮਰਤੇ ਦੇਖ ਜਨ ਕਈ ਭਾਜ ਉਨ ਭੂਖ, ਮਰਦੇ ਤੇ ਮਾਰਦੇ ਭੁੱਖੇ ਉਹ ਫੇਰ ਵੀ ਲੜ ਰਹੇ ਸਨ। ਸਿਰਫ ਇੱਕੋ ਮਿਸ਼ਨ ਸੀ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਹਾਂਜੀ, ਭਇਓ ਸੰਤੋਸੋ ਖਾਲਸੇ ਹਰੇ ਦੇਖ ਕੇ ਰੂਖ, ਕਹਿੰਦੇ ਜਦੋਂ ਪਹਾੜਾਂ ਵਿੱਚ ਪਹੁੰਚ ਗਏ ਤੇ ਦਰਖਤਾਂ ਦੇ ਪੱਤੇ ਸਿੰਘਾਂ ਨੇ ਵੇਖੇ, ਉਹਨਾਂ ਨੂੰ ਵੇਖ ਕੇ ਵੀ ਸੰਤੋਖ ਆਇਆ ਵੀ ਚਲੋ ਹੁਣ ਕੁਝ ਖਾਵਾਂਗੇ। ਉੱਪਰ ਚੜੇ ਸੋ ਖੜ ਰਹੇ ਸੁਣੋ ਤਲਣ ਕੀ ਬਾਤ, ਜਿਹੜੇ ਪਹਾੜ ਦੇ ਉੱਤੇ ਚੜੇ ਉਹਨਾਂ ਦੀ ਤੁਹਾਨੂੰ ਦੱਸੀ ਹੈ ਵੀ ਕਿੰਨੀ ਔਖੀ ਉਹ ਪਹਾੜੀ ਚੜੇ। ਉਹ ਜਿਹੜੇ 4000 ਗਏ ਸੀਗੇ ਉਹਨਾਂ ਚ ਹੋ ਸਕਦਾ 400 ਹੀ ਬਚਿਆ ਹੋਵੇ, ਬਾਕੀ ਮਰ ਗਏ। ਹੁਣ ਇੱਥੋਂ ਤੱਕ ਹਾਲਾਤ ਸੀਗੀ, ਕੋਈ ਨਦੀਆਂ ਚ ਡਿੱਗ ਗਏ ਤੇ ਕੁਝ ਪਹਾੜੀਆਂ ਨੇ ਮਾਰਤੇ, ਕੁਝ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਜੰਗ ਵਿੱਚ ਉਹ ਖਤਮ ਹੋ ਗਏ। ਉਹਨਾਂ ਨੇ ਜੋ ਟਾਈਮ ਕੱਟਿਆ ਉਹ ਭਾਈ ਸਾਹਿਬ ਕਹਿੰਦੇ ਤੁਹਾਨੂੰ ਦੱਸ ਦਿੱਤਾ। ਹੁਣ ਪਿੱਛੇ ਜਿਹੜੇ ਖੜੇ ਸਨ, ਯਾਨੀ ਸਾਰੇ ਤਾਂ ਨਹੀਂ ਨਾ ਉੱਪਰ ਪਹਾੜ ਦੇ ਚੜੇ, 4000 ਹੀ ਉੱਪਰ ਗਿਆ ਸੀ, ਬਾਕੀ ਜਿਹੜਾ ਖਾਲਸਾ ਥੱਲੇ ਮੈਦਾਨ ਵਿੱਚ ਲੜ ਰਿਹਾ ਸੀ ਉਹਨਾਂ ਦੀ ਸੁਣੋ ਹੁਣ ਕਥਾ। ਜੇ ਬਿਦ ਸੁਣੀ ਪਿਤਾ ਤੇ ਕਰੋ ਸੋ ਬਖਿਆਤ, ਜਿਹੜੀ ਮੈਂ ਆਪਣੇ ਪਿਤਾ ਰਾਏ ਸਿੰਘ ਜੀ ਤੋਂ ਸੁਣੀ ਹੈ, ਜੋ ਮੇਰੇ ਪਿਤਾ ਨੇ ਅੱਖਾਂ ਨਾਲ ਵੇਖੀਆਂ ਗੱਲਾਂ ਜਾਂ ਉਸ ਵੇਲੇ ਦੇ ਜਿਹੜੇ ਬਜ਼ੁਰਗਾਂ ਤੋਂ ਸੁਣੀਆਂ ਗੱਲਾਂ, ਕਿਉਂਕਿ ਰਾਏ ਸਿੰਘ ਤੋਂ ਲਗਭਗ 15-16 ਸਾਲ ਦਾ ਹੋਵੇਗਾ ਜਦੋਂ ਦਾ ਇਹ ਛੋਟਾ ਘੱਲੂ ਘਾਰੇ ਦਾ ਸਮਾਂ ਹੈ। ਜਦੋਂ ਘੱਲੂ ਘਾਰੇ ਤੋਂ ਕੋਈ 6 ਸਾਲ ਪਹਿਲਾਂ ਮੱਸੇ ਲੰਗੜ ਦਾ ਕਤਲ ਹੋਇਆ, ਛੋਟੇ ਘੱਲੂ ਘਾਰੇ ਤੋਂ 6 ਸਾਲ ਪਹਿਲਾਂ ਮੱਸਾ ਮਾਰਿਆ, ਉਦੋਂ ਵੀ ਰਾਏ ਸਿੰਘ 7-8 ਸਾਲ ਦਾ ਸੀਗਾ। ਇਹਦਾ ਮਤਲਬ ਹੈ ਵੀ ਜਦੋਂ ਛੋਟਾ ਘੱਲੂ ਘਾਰਾ ਹੈ ਰਾਏ ਸਿੰਘ ਦੀ ਉਮਰ 15-16 ਟੱਪ ਗਈ ਸੀ, ਔਰ ਰਾਏ ਸਿੰਘ ਜੀ ਨੇ ਆਪਣੇ ਪੁੱਤਰ ਨੂੰ ਆਪਣੀਆਂ ਤਜਰਬੇ ਦੀਆਂ ਆਪਣੀਆਂ ਸੁਣੀਆਂ ਉਸ ਵੇਲੇ ਦੀਆਂ ਹਾਲਾਤ ਦੀਆਂ ਗੱਲਾਂ, ਜਾਂ ਜਿਹੜੇ ਸਿੰਘ ਪਹਾੜਾਂ ਨੂੰ ਗਏ ਉਹਨਾਂ ਨੇ ਵੀ ਆ ਕੇ ਦੱਸੀਆਂ, ਜਿਹੜੇ ਸਿੰਘ ਰਾਵੀ 'ਚ ਡੁੱਬੇ ਉਹ ਵੀ ਜਿਹੜੇ, ਉਹ ਸਾਰੀਆਂ ਗੱਲਾਂ ਬਜ਼ੁਰਗਾਂ ਤੋਂ ਮੈਂ ਸੁਣੀਆਂ ਆਪਣੇ ਪਿਤਾ ਤੋਂ, ਉਹ ਖਾਲਸੇ ਨੂੰ ਸੁਣਾ ਰਿਹਾ ਹਾਂ। ਚੋ ਬਈ ਨਿਹਲ ਤੁਰਕਣ ਪਾਇਓ ਜੋਰ, ਸਾਧ ਸੰਗਤ ਜੀ ਥੱਲੇ ਜਿਹੜੀ ਪਹਾੜ ਦੀ ਤਰਾਈ ਉਹਨੂੰ ਨਿਹਲ ਕਹਿੰਦੇ ਨੇ, ਉੱਥੇ ਤੁਰਕਾਂ ਨੇ ਜ਼ੋਰ ਪਾ ਲਿਆ ਸਿੰਘਾਂ ਤੇ। ਜਾਣਿਓ ਸਿੰਘਣ ਭਾਜਣ ਤੋਰ, ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਸਿੱਖ ਭੱਜਣ ਲੱਗੇ ਹੈ, ਵੀ ਇਹ ਡਰ ਗਏ ਹੈ, ਸਿੱਖਾਂ ਦਾ ਹੁਣ ਸਾਡੇ ਨਾਲ ਲੜਨ ਦਾ ਹੌਂਸਲਾ ਨਹੀਂ ਰਿਹਾ, ਤੁਰਕਾਂ ਦਾ ਹੌਂਸਲਾ ਵੱਧ ਗਿਆ। ਉਹ ਇਹ ਸੋਚਦੇ ਵੀ ਇਹ ਜਿਹੜੇ ਪਹਾੜ ਨੂੰ ਜਾ ਰਹੇ ਹੈ, ਕਦੀ ਦਰਿਆ ਵੱਲ ਜਾ ਰਹੇ ਹੈ, ਕਦੀ ਆ ਕੇ ਲੜਨ ਲੱਗ ਜਾਂਦੇ ਹੈ, ਕਦੀ ਇਹ ਦੌੜ ਜਾਂਦੇ ਹੈ, ਇਹਦਾ ਮਤਲਬ ਹੈ ਵੀ ਹੁਣ ਇਹਨਾਂ ਦੀ ਤਾਕਤ ਖਤਮ ਹੋ ਗਈ ਹੈ, ਹੁਣ ਇਹਨਾਂ ਨੂੰ ਮਾਰ ਲਈਏ। ਸਿੰਘਾਂ ਨੇ ਉੱਪਰ ਹੱਲਾ ਕਰਾਇਓ, ਫਿਰ ਜ਼ਬਰਦਸਤ ਹੱਲਾ ਲੱਖੂ ਨੇ ਖਾਲਸੇ ਦੇ ਉੱਤੇ ਕਰਾਇਆ। ਛਾਨ ਨਿਸ਼ਾਨਨ ਬਾਜੇ ਬਜਾਇਓ, ਬਹੁਤ ਵੱਡੇ ਬਾਜੇ ਨਗਾਰੇ ਰਣ ਸਿੰਘੇ ਵਜਾ ਕੇ
ਫਰਲੇ ਨਿਸ਼ਾਨਾਂ ਦੇ ਖੋਲ ਕੇ ਆਪਣੀ ਫੌਜ ਨੂੰ ਪੂਰਾ ਜੋਸ਼ ਦੇ ਕੇ ਹੱਲਾ ਕਰਾਇਆ ਲੱਖੂ ਨੇ। ਹੁਕਮ ਦਿਓ ਔਰ ਨਕੀਬ ਫਿਰ ਆਇਓ, ਢੋਲ ਵਜਾ ਕੇ ਨਕੀਬਾਂ ਨੂੰ ਹੁਕਮ ਦਿੱਤਾ ਵੀ ਪੂਰੀ ਡੌਂਡੀ ਪਿੱਟ ਦਿਓ, ਪਹਿਲੇ ਲੁੱਟ ਨਾ ਕਰਨੀ ਪਾਇਓ। ਵੀ ਪਹਿਲਾਂ ਲੁੱਟਣਾ ਨਹੀਂ, ਪਹਿਲਾਂ ਮਾਰਨਾ ਹੈ ਸਿੱਖਾਂ ਨੂੰ, ਲੁੱਟਮਾਰ ਬਾਅਦ ਵਿੱਚ। ਕਿਤੇ ਨਾ ਹੋਵੇ ਤੁਸੀਂ ਲੁੱਟਮਾਰ ਕਰਨ ਲੱਗ ਜਾਓ ਤੇ ਸਿੱਖ ਦੌੜ ਜਾਣ। ਪਹਿਲਾਂ ਸਿੱਖ ਮਾਰਨੇ ਹੈ, ਫਿਰ ਸਿੱਖਾਂ ਦਾ ਸਮਾਨ ਲੁੱਟਣਾ। ਕਿਉਂਕਿ ਜਦੋਂ ਕੋਈ ਫੌਜ ਲੜਦੀ ਹੈ ਨਾ, ਦੋ ਗੱਲਾਂ ਹੁੰਦੀਆਂ, ਇੱਕ ਤਾਂ ਬੰਦਿਆਂ ਨੂੰ ਮਾਰਨਾ ਤੇ ਦੂਜਾ ਉਹਨਾਂ ਦਾ ਸਮਾਨ ਲੁੱਟਣਾ। ਤੇ ਲੱਖੂ ਨੇ ਕਹਿਤਾ ਵੀ ਜਿਹੜਾ ਲੁੱਟਮਾਰ ਦਾ ਕੰਮ ਪਹਿਲੇ ਨਹੀਂ ਕਰਨਾ, ਪਹਿਲਾਂ ਸਿੱਖ ਮਾਰਨੇ ਹੈ, ਜਦੋਂ ਮਰ ਜਾਣ ਉਹ ਤੋਂ ਬਾਅਦ ਭਾਵੇਂ ਉਹਨਾਂ ਦੇ ਘੋੜੇ ਤਲਵਾਰਾਂ ਬਰਛੇ ਜੋ ਸਮਾਨ ਤੁਹਾਡੇ ਹੱਥ ਆਵੇ ਮੈਂ ਤੁਹਾਨੂੰ ਦੇ ਦਿਆਂਗਾ, ਪਰ ਜੇ ਕੋਈ ਸਿੱਖ ਜਿਉਂਦਾ ਬਚ ਕੇ ਨਿਕਲ ਗਿਆ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਲਿਆਵੇ ਸਿੱਖਣ ਕੋ ਸਿਰ ਜੋਈ, ਉਸ ਵੇਲੇ ਐਲਾਨ ਕੀਤਾ ਵੀ ਜਿਹੜਾ ਸਿੱਖ ਦਾ ਸਿਰ ਵੱਢ ਕੇ ਲਿਆਵੇਗਾ 5 ਰੁਪਈਏ ਸਿਰ ਦੇਊਂ ਤੋਈ, 5 ਰੁਪਈਏ ਇਨਾਮ ਸਿਰ ਦਾ ਦਿਆਂਗਾ। ਲੱਖੂ ਨੇ ਉਸ ਵੇਲੇ ਫੌਜ ਲੜਾਈ ਦੇ ਵਿੱਚ ਵੀ ਐਲਾਨ ਕਰਤਾ ਵੀ ਫੌਜੀਆਂ ਨੂੰ ਇੰਨਾ ਚਾਹ ਚੜ ਜਾਵੇ, ਫੌਜੀਆਂ ਨੂੰ ਇੰਨਾ ਹੋ ਜਾਵੇ ਵੀ 5 ਰੁਪਈਏ ਤਨਖਾਹ ਤਾਂ ਵੱਖਰੀ ਮਿਲਦੀ ਹੈ, ਵੀ 5 ਰੁਪਈਏ ਅੱਜ ਇਨਾਮ ਲੈਣਾ, ਇੱਕ ਸਿਰ ਲੈ ਕੇ ਆਵੇ ਤੇ 5 ਰੁਪਈਏ, ਦੋ ਸਿਰ ਲੈ ਕੇ ਆਵੇ 10 ਰੁਪਈਏ ਦਿਆਂਗਾ, ਪਾਛੇ ਲੂਟ ਮਾਪ ਮੈਂ ਕਰੋ। ਬਾਕੀ ਜਿਹੜੇ ਸਿੱਖ ਦਾ ਕੋਈ ਸ਼ਸਤਰ ਘੋੜਾ ਜਿਹਦੇ ਹੱਥ ਆ ਗਿਆ ਉਹਨੂੰ ਹੀ ਮਿਲੇਗਾ, ਮੈਂ ਉਹ ਨਹੀਂ ਲਵਾਂਗਾ। ਹਾਂਜੀ, ਡੇਰਾ ਸਭ ਜਬ ਕਤਲੋ ਕਰੋ, ਜਦੋਂ ਸਿੱਖਾਂ ਦਾ ਇੱਕ ਬੱਚਾ ਮਾਰ ਦਿੱਤਾ ਜਾਏਗਾ ਉਸ ਤੋਂ ਬਾਅਦ ਸਿੱਖਾਂ ਦੇ ਡੇਰੇ ਦੀ ਲੁੱਟ ਮਾਫ ਹੋਵੇਗੀ, ਜਿਹੜਾ ਕਰ ਲਵੇ ਉਹਦੀ ਹੋਵੇਗੀ। ਪਹਿਲੋ ਲੁੱਟਣ ਕੋ ਤੁਮ ਪਰੇ, ਜੇ ਤੁਸੀਂ ਪਹਿਲਾਂ ਲੁੱਟਣ ਪੈ ਗਏ ਤੇ ਸਿੱਖ ਦੌੜ ਜਾਣਗੇ, ਤੇ ਮੈਂ ਨਹੀਂ ਚਾਹੁੰਦਾ ਵੀ ਇਹ ਸਿੱਖਾਂ ਦਾ ਬੀਜ ਰਹਿ ਜਾਵੇ। ਮਤਕਤ ਬਾਜ ਸਿੰਘ ਫਿਰ ਵਰੇ, ਕਿਤੇ ਬਾਜ ਦੀ ਤਰ੍ਹਾਂ ਸਿੰਘ ਉਡਾਰੀ ਨਾ ਮਾਰ ਜਾਣ ਤੇ ਫਿਰ ਆ ਕੇ ਬਹੁਤ ਤੰਗ ਕਰਨਗੇ, ਜੇ ਅੱਜ ਬਚ ਗਏ ਫਿਰ ਇਹਨਾਂ ਕੋਈ ਨਹੀਂ ਮਰਨਾ, ਅੱਜ ਮਾਰ ਦਈਏ ਸਾਰਾ ਪੰਥ ਇਕੱਠਾ ਹੈ। ਤਬ ਸਿੰਘਨ ਕੇ ਸਿਰ ਪਈ ਮਾਰ, ਉਸ ਵੇਲੇ ਸਾਧ ਸੰਗਤ ਜੀ ਤੁਰਕਾਂ ਦੀ ਫੌਜ ਲਾਲਚ ਵਿੱਚ ਆ ਕੇ ਖਾਲਸੇ ਦੇ ਮਗਰ ਪੈ ਗਈ, ਬੜੀ ਭਾਰੀ ਮਾਰ ਪਈ, ਛੁੱਟਦ ਪਈ ਤੋਪ ਤਲਵਾਰ, ਤਲਵਾਰਾਂ ਨਾਲ ਸਿੰਘਾਂ ਨੂੰ ਮਾਰਨ ਪੈ ਗਈ ਫੌਜ ਤੁਰਕਾਂ ਦੀ। ਘੋੜਨ ਸੋ ਸਿੰਘ ਦੇ ਪਿਛਾਰੇ, ਸਾਧ ਸੰਗਤ ਜੀ ਘੋੜਿਆਂ ਦੇ ਪਿੱਛੇ ਫੌਜ ਲੈ ਕੇ ਸਿੰਘਾਂ ਦੇ ਪੈ ਗਈ। ਤਬ ਸਿੰਘਨ ਪੀ ਸਤਰ ਸੰਭਾਰੇ, ਇਹਨਾਂ ਨੇ ਵੀ ਦੇਖਿਆ ਵੀ ਸਾਡੇ ਘੋੜਿਆਂ ਦੇ ਪਿੱਛੇ ਤੁਰਕਾਂ ਦੀ ਫੌਜ ਦੌੜੀ ਆਉਂਦੀ ਤਾਂ ਉਹ ਤਲਵਾਰਾਂ ਲੈ ਕੇ ਟੁੱਟ ਪਏ ਦੁਸ਼ਮਣ ਦੇ ਉੱਤੇ। ਓਪਨ ਗੁਰ ਕੇ ਬਚਨ ਵਿਚਾਰੇ, ਮੇਰੇ ਵੀ ਸੋਚ ਲਿਆ ਵੀ ਗੁਰੂ ਸਾਹਿਬ ਦੇ ਬਚਨ ਹਨ, ਸ਼ਹੀਦੀਆਂ ਹੀ ਪਾਣੀਆਂ ਪੈਣੀਆਂ ਨੇ, ਉਹ ਠਾਂਡੇ ਕਿਸ ਆਗੇ ਸਿਧਾਰੇ, ਹੁਣ ਕਿੱਥੇ ਜਾਵਾਂਗੇ, ਇੱਥੇ ਹੀ ਖੜੀਏ ਤੇ ਇੱਥੇ ਹੀ ਅੱਜ ਆਪਣੀ ਜ਼ਿੰਦਗੀ ਦਾ ਅਖੀਰਲਾ ਜੰਗ ਕਰੀਏ। ਤੁਰਕਨ ਹੱਲਾ ਫੇਟਾ ਕਰਿਓ, ਤੁਰਕਾਂ ਦਾ ਹੱਲਾ ਜਿਹੜਾ ਆਇਆ ਸੀ ਬੜੇ ਜ਼ੋਰ ਦਾ ਫੇਟਾ ਵੱਜਾ ਸੀ, ਤੁਰਕਨ ਦਲ ਫਿਰ ਪਿੱਛੇ ਹਟ ਰਹੇ ਹੋ, ਪਰ ਸਿੰਘਾਂ ਚ ਮਹਾਰਾਜ ਐਸੀ ਕਲਾ ਵਰਤਾਈ ਕਿ ਸਿੰਘਾਂ ਨੇ ਉਹਨਾਂ ਦਾ ਹੱਲਾ ਪਿਛਾ ਮੋੜ ਦਿੱਤਾ। ਇੱਥੋਂ ਹੁਣ ਫਿਰ ਸਿੰਘਾਂ ਨੂੰ ਰਸਤਾ ਬਣ ਗਿਆ, ਬੜੀ ਮੁਸ਼ਕਲ ਨਾਲ ਕਿਵੇਂ ਸਿੰਘ ਰਾਵੀ ਵੱਲ ਜਾਣਾ ਚਾਹੁੰਦੇ ਨਹੀਂ ਜਾ ਸਕੇ, ਪਹਾੜ ਨੂੰ ਸਾਰੇ ਨਹੀਂ ਜਾ ਸਕੇ, ਪਰ ਜਿਹੜੇ ਗਏ ਉਹ ਬਹੁਤ ਜ਼ਿਆਦਾ ਦੁਖੀ ਬਹੁਤ ਜ਼ਿਆਦਾ ਪਰੇਸ਼ਾਨ ਪਹਾੜੀਆਂ 'ਚ ਹੋਏ, ਉਹਨਾਂ 'ਚੋਂ ਬਹੁਤ ਵਿਰਲੇ ਹੀ ਬੰਦੇ ਬਚੇ, ਬਾਕੀ ਸਭ ਮਾਰੇ ਗਏ। ਜਿਹੜੇ ਸਿੰਘ ਬਚੇ ਹਨ ਉਹ ਕਿਵੇਂ ਬਚੇ, ਕੱਲ੍ਹ ਨੂੰ ਆਪਾਂ ਇਹ ਕਥਾ ਸਰਵਣ ਕਰਾਂਗੇ।